ਭਰੀ ਦਿਲੋਂ ਸਤਿ ਸ਼੍ਰੀ ਅਕਾਲ। ਕਹਿੰਦੇ ਕਿ ਦਰਿਆ ਨੇ ਝਰਨੇ ਤੋਂ ਪੁੱਛਿਆ, ਦਰਿਆ ਨੇ ਝਰਨੇ ਤੋਂ ਪੁੱਛਿਆ ਕਿ ਤੂੰ ਸਮੁੰਦਰ ਨਹੀਂ ਬਣਨਾ। ਦਰਿਆ ਨੇ ਝਰਨੇ ਨੂੰ ਪੁੱਛਿਆ ਕਿ ਤੂੰ ਸਮੁੰਦਰ ਨਹੀਂ ਬਣਨਾ, ਤਾਂ ਝਰਨੇ ਨੇ ਕਿਹਾ ਕਿ ਵੱਡਾ ਹੋ ਕੇ ਖਾਰਾ ਹੋਣ ਨਾਲੋਂ ਛੋਟਾ ਹੋ ਕੇ ਮਿੱਠਾ ਰਹਿਣਾ ਚੰਗਾ ਹੈ। ਸੋ ਇੱਕ ਐਸੀ ਹੀ ਆਵਾਜ਼ ਜਿਹੜੀ ਜਦੋਂ ਮਿਲਦੀ ਹੈ ਸਾਦਗੀ ਦੇ ਨਾਲ, ਉਹਦੀ ਆਵਾਜ਼ ਦੇ ਮਿਠਾਸ ਨੂੰ ਆਪਾਂ ਮਾਣਦੇ ਹਾਂ, ਔਰ ਉਸ ਆਵਾਜ਼ ਦਾ ਰੋਬ ਬੜਾ ਵੱਖਰਾ ਹੈ ਇਸ ਵਾਰੀ ਗਾਣੇ 'ਚ ਵੀ ਨਜ਼ਰ ਆਉਣ ਵਾਲਾ ਹੈ, ਕਿਉਂਕਿ ਆਪਣੇ ਨਾਲ ਹੈ ਉਹੀ ਬੁਲੰਦ, ਉਹੀ ਕਹਿਰ, ਉਹੀ ਬੁਲੰਦ ਆਵਾਜ਼ ਕੌਰ ਵੀ। ਕਿਆ ਬਾਤ ਹੈ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਤੋਂ ਪਹਿਲਾਂ, ਨਵੇਂ ਗਾਣੇ ਦੀਆਂ ਧੂਮਾਂ ਹੈ ਸਭ ਪਾਸੇ, ਸਭ ਤੋਂ ਪਹਿਲਾਂ ਦੀ ਸ਼ੁਰੂਆਤ 'ਚ। ਹਾਂਜੀ, ਹੋ ਧਰਤੀ ਦੀ ਗੇੜਾ ਖਾ ਜੇ ਮੁੱਛਾਂ ਵਾਲੇ ਵੱਟ ਨਾ ਹੋਵੇ, ਬਸ ਕਰ ਹੋਰ ਤੂੜਾ ਪੱਟ ਨਾ। ਵੇ ਧਰਤੀ ਵੀ ਗੇੜਾ ਖਾ ਜੇ ਮੁੱਛਾਂ ਵਾਲੇ ਵੱਟ ਨਾ ਹੋਵੇ, ਬਸ ਕਰ ਹੋਰ ਤੂੜਾ ਪੱਟ ਨਾ। ਹੋ ਵੈਸੇ ਤਾਂ ਕਈ ਉੱਡਣੇ ਮੈਂ ਸੱਪ ਵੀ ਨਚੋੜੇ ਵੱਢ ਖਾਣੇ ਆ ਤੂੰ ਡੰਗੀ ਹੋਈ ਆ। ਵੇ ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ ਜੱਟੀ ਵੈਲੀ ਨਾਲ ਮੰਗੀ ਹੋਈ ਆ। ਹੋ ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ ਜੱਟੀ ਵੈਲੀ ਨਾਲ ਮੰਗੀ ਹੋਈ ਆ। ਬਹੁਤ ਵਧੀਆ, ਚਲੋ ਇਸ ਵਾਰੀ ਚੱਕਵੇਂ ਗਾਣੇ ਦੀ ਪੂਰੀ ਤਿਆਰੀ ਹੈ ਨਾ, ਕਿ ਚੱਕਵੇਂ ਗਾਣੇ ਨਾਲ ਆਏ ਹੋ ਇਸ ਵਾਰੀ? ਲੱਗ ਰਿਹਾ ਤੁਹਾਨੂੰ ਬਸ ਵੇੜੀ ਕੇ ਲੱਗਣਾ ਚਾਹੀਦਾ। ਲਾਈਕ ਪਹਿਲਾਂ ਵੀ ਆਪਣੀ ਇਹ ਗੱਲ ਹੋਈ ਸੀ ਨਾ ਕਿ ਗਾਣਾ ਸੁਣ ਕੇ ਪਤਾ ਚੱਲਣਾ, ਤੇ ਸਭ ਤੋਂ ਵੱਡੀ ਗੱਲ ਕਿ ਗਾਣਾ ਆ ਚੁੱਕਿਆ, ਜਿੱਦਾਂ ਤੁਹਾਨੂੰ ਵੀ ਵਧੀਆ ਲੱਗਿਆ, ਤੁਸੀਂ ਗੱਲ ਵੀ ਉਸ ਤਰੀਕੇ ਨਾਲ ਕੀਤੀ, ਤੇ ਮੈਂ ਅੱਜ ਪਹਿਲੀ ਵਾਰੀ ਗਾਣਾ ਆਪਣਾ ਲਾਈਵ ਗਾਇਆ ਸਾਡੇ ਰੇਡੀਓ ਤੇ। ਕਿਆ ਹੀ ਬਾਤ ਹੈ। ਤੇ ਕੌਰ, ਗਾਣੇ ਦਾ ਟਾਈਟਲ ਹੈ ਐਂਗੇਜਡ ਜੱਟੀ। ਹਾਂਜੀ, ਵਰਡ ਤੁਸੀਂ ਵਿੱਚ ਐਂਗੇਜ ਨਹੀਂ ਯੂਜ਼ ਕੀਤਾ, ਮੰਗਣੀ ਯੂਜ਼ ਕਰ ਲਿਆ। ਹਾਂਜੀ ਹਾਂਜੀ, ਮੰਗਣੀ। ਵੈਸੇ ਤਾਂ ਜਦੋਂ ਇਹ ਗਾਣਾ ਤੁਹਾਡੇ ਕੋਲ ਵਰਡਿੰਗ ਸੀਗਾ, ਉਸ ਤੋਂ ਪਹਿਲਾਂ ਜਿਹਨੇ ਇਹ ਗਾਣਾ ਲਿਖਿਆ ਕਿਹਨੇ? ਇਹ ਗਾਣਾ ਲਿਖਿਆ ਸੀ ਕਪਤਾਨ ਮੁੰਡੇ, ਦੋ ਮੁੰਡੇ ਨੇ। ਅੱਛਾ, ਮੈਂ ਵੀ ਗਾਣਾ ਗਾਉਣ ਤੋਂ ਬਾਅਦ ਪਤਾ ਲੱਗਿਆ ਸੀ ਕਿ ਲਿਰਿਸਿਸ ਦੋ ਨੇ। ਅੱਛਾ, ਸੋ ਉਹਨਾਂ ਨੇ, ਬਟ ਨਾਮ ਇੱਦਾਂ ਰੱਖਿਆ ਹੋਇਆ ਦੋਨਾਂ ਨੇ। ਹਾਂਜੀ, ਨਵੇਂ ਮੁੰਡੇ ਨੇ ਕਪਤਾਨ। ਅੱਛਾ ਹਾਂਜੀ, ਤੇ ਮੈਨੂੰ ਇਹ ਗਾਣਾ ਮਿਲਿਆ ਸੀਗਾ ਦੇਸੀ ਕਰੂ ਦੇ ਥਰੂ, ਲਾਈਕ ਦੇਸੀ ਕਰੂ ਉਹਨਾਂ ਕੋਲ ਸੀਗਾ ਇਹ ਗਾਣਾ, ਤਾਂ ਉਹਨਾਂ ਦੀ ਮੈਨੂੰ ਕਾਲ ਆਈ ਕਿ ਏਦਾਂ ਏਦਾਂ ਇੱਕ ਗਾਣਾ ਆ, ਤੇ ਉਹ ਤੁਸੀਂ ਗਾ ਸਕਦੇ ਹੋ। ਉਹਨਾਂ ਮੁੰਡਿਆਂ ਨੂੰ ਪਤਾ ਲੱਗਿਆ ਕਿ ਕੌਰ ਵੀ ਗਾ ਰਹੀ ਹੈ। ਹਾਂਜੀ ਹਾਂ, ਅਸੀਂ ਆਪਾਂ ਮਿਲੇ ਵੀ ਆ, ਬਹੁਤ ਖੁਸ਼ ਸੀਗੇ। ਹਾਂਜੀ, ਵੈਰੀ ਨਾਈਸ। ਦੇਖੋ ਗੱਲ ਇਹ ਕਿ ਜਦੋਂ ਉਹ ਜਿਨ੍ਹਾਂ ਨੇ ਗਾਣਾ ਲਿਖਿਆ ਉਹਨਾਂ ਨੇ ਤਾਂ ਟਾਈਟਲ ਕੁਝ ਹੋਰ ਸੋਚਿਆ ਹੋਣਾ, ਕਈ ਸੋਚਿਆ ਹੋਇਆ ਸੀ? ਨਹੀਂ, ਟਾਈਟਲ ਐਕਚੁਅਲੀ ਨਾ ਇਹਦਾ ਟਾਈਟਲ ਸਾਨੂੰ ਕਿੰਨੀ ਦੇਰ ਟਾਈਟਲ ਹੀ ਨਹੀਂ ਲੱਭਿਆ, ਅਸੀਂ ਪਹਿਲਾਂ 15-20 ਦਿਨ ਇਹੀ ਸੋਚਦੇ ਰਹੇ ਟਾਈਟਲ ਕੀ ਰੱਖੀਏ। ਕਾਫੀ ਕੁਝ ਸੀਗਾ, ਵੈਲੀ ਜੱਟ ਵੀ ਸੋਚਦੇ ਸੀ ਕਿਉਂਕਿ ਮੇਰਾ ਪਹਿਲਾਂ ਗਾਣਾ ਆ ਚੁੱਕਿਆ ਵੈਲੀ ਜੱਟ, ਹੈ ਨਾ। ਫਿਰ ਇੱਦਾਂ ਸੀਗਾ ਕਿ ਉਹ ਆਲਰੇਡੀ ਰੱਖ ਚੁੱਕੇ ਆ ਟਾਈਟਲ, ਤਾਂ ਫਿਰ ਕੁਝ ਸਮਝ ਵੀ ਮੰਗਣੀ ਵੀ ਨਹੀਂ ਰੱਖ ਸਕਦੇ ਸੀ, ਮੰਗੀ ਹੋਈ ਵੀ ਥੋੜ੍ਹਾ ਅਜੀਬ ਲੱਗਣਾ ਸੀ, ਥੋੜ੍ਹਾ ਔਡ ਲੱਗਦਾ ਸੀ ਕੋਈ ਵੀ ਨਾਮ। ਫਿਰ ਸਾਰੇ ਜਾਣੇ ਸੋਚਦੇ ਰਹੇ, ਫਿਰ ਮੈਂ ਚਾਹੁੰਦੀ ਸੀ ਕਿ ਜੱਟੀ ਰੱਖੀਏ। ਮੈਨੂੰ ਐਕਚੁਅਲੀ ਬਹੁਤ ਪਸੰਦ ਹੈ ਜੱਟੀ ਵਰਡ, ਅਤੇ ਮੈਂ ਕਾਫੀ ਦੇਰ ਤੋਂ ਚਾਹੁੰਦੀ ਸੀ ਕਿ ਮੈਂ ਕੋਈ ਗਾਣਾ ਇੱਦਾਂ ਦਾ ਕਰਾਂ ਕਿ ਮੈਂ ਟਾਈਟਲ ਜੱਟੀ ਰੱਖਾਂ, ਤਾਂ ਜੱਟੀ ਮੈਂ ਸੋਚਿਆ ਸੀਗਾ। ਫਿਰ ਸਾਡੀ ਸਾਰੀ ਟੀਮ, ਫਿਰ ਉਹਦੇ ਵਿੱਚ ਅਸੀਂ ਸੋਚ ਲਿਆ ਕਿ ਚਲੋ ਅੰਗੇਜ਼ ਕਰ ਦਿੰਦੇ ਹਾਂ, ਲਾਈਕ ਮੰਗਣੀ ਜੇ ਨਹੀਂ ਰੱਖਣਾ ਤਾਂ ਆਪਾਂ ਉਹਨੂੰ ਚੇਂਜ ਕਰ ਦਿੰਦੇ ਹਾਂ ਨਾ। ਕਿਤੇ ਨਾ ਕਿਤੇ ਦਿਮਾਗ 'ਚ ਇਹ ਵੀ ਚੱਲਿਆ ਕਿ ਯਾਰ ਅੱਜ ਕੱਲ੍ਹ ਇੰਗਲਿਸ਼ ਵਰਡ ਸੌਂਗ 'ਚ ਪਾਉਣਾ ਜਾਂ ਸੌਂਗ ਦੇ ਟਾਈਟਲ 'ਚ ਰੱਖਣਾ ਇਹ ਜ਼ਰੂਰੀ ਹੋ ਗਿਆ ਜਾਂ ਜ਼ਮਾਨੇ ਦੀ ਮੰਗ ਹੈ? ਇਹ ਵੀ ਹੋ ਸਕਦਾ ਤੁਸੀਂ ਜ਼ਮਾਨੇ ਦੀ ਮੰਗ ਜਾਂ ਕਹਿ ਲਓ, ਕਿਉਂਕਿ ਜ਼ਮਾਨਾ ਉੱਦਾਂ ਦਾ ਹੋ ਗਿਆ ਹੈ ਨਾ, ਕਿਉਂਕਿ ਹੁਣ ਆਪਾਂ ਨੂੰ ਚਲੋ ਜਿਹੜੇ ਆਪਣੇ ਸੁਣਦੇ ਹੀ ਆ ਸਾਰੇ ਵੱਡੇ ਵੀ ਸੁਣਦੇ ਆ, ਤਾਂ ਥੋੜ੍ਹਾ ਕੁ ਹੁਣ ਇਹ ਵੀ ਸੋਚਣਾ ਪੈ ਜਾਂਦਾ ਕਿ ਜਿਹੜੇ ਸ਼ਹਿਰਾਂ ਵਾਲੇ ਬੱਚੇ ਨੇ ਨਾ, ਸ਼ਹਿਰਾਂ ਵਾਲੀ ਜਨਰੇਸ਼ਨ ਆ ਨਾ, ਕਈ ਵਾਰ ਉਹਨਾਂ ਨੂੰ ਆਪਣੇ ਦੇਸੀ ਵਰਡ ਘੱਟ ਸਮਝ ਆਉਂਦੇ ਆ ਨਾ, ਬਟ ਇਸ ਕਰਕੇ ਵੀ ਕਈ ਚੀਜ਼ਾਂ ਸੋਚ ਕੇ ਰੱਖ ਲੈਂਦੇ ਨੇ ਕਿ ਉਹ ਲੋਕ ਵੀ ਸੁਣਨ ਅਤੇ ਆਪਣੇ ਵੀ ਸੁਣਨ, ਇਸ ਕਰਕੇ ਇਹ ਵੀ ਚੀਜ਼ ਹੈ। ਅੱਛਾ, ਅਗਰ ਮੈਂ ਕੌਰ ਨੂੰ ਇਹ ਪੁੱਛਾਂ ਕਿ ਸਿੰਗਿੰਗ ਤੋਂ ਇਲਾਵਾ ਕਿਹੜੀ ਚੀਜ਼ ਜੱਟੀ ਸਭ ਤੋਂ ਜ਼ਿਆਦਾ ਇੰਗੇਜ ਰਹਿੰਦੀ ਹੈ, ਉਹ ਕਿਹੜੀ ਚੀਜ਼ ਹੋਊਗੀ? ਉਹ ਦੇਖੋ ਮੇਰੀ ਲਾਈਫ ਨਾਲ ਕੋਈ ਵੀ ਚੀਜ਼ ਜੁੜੀ ਮੇਰੇ ਹਿਸਾਬ ਨਾਲ ਸਿੰਗਿੰਗ ਨਾਲ ਰਿਲੇਟਡ ਹੀ ਹੋਏਗੀ ਹੈ ਨਾ। ਹਾਂ, ਉਹਦੇ ਵਿੱਚ ਵੀ, ਹਾਂ ਉਹਦੇ ਵਿੱਚ ਵੀ ਜੱਟੀ ਬਸ ਆਹੀ ਲੱਭਦੀ ਰਹਿੰਦੀ, ਕਿਹੜਾ ਗਾਣਾ ਕਰੀਏ, ਕਿੱਦਾਂ ਦਾ ਕੋਈ ਚੀਜ਼ ਕਿੱਦਾਂ ਦੀ ਹੈ ਨਾ ਨਵੀਂ ਆਪਾਂ ਕਰ ਸਕਦੇ ਹਾਂ ਕਿ ਜੋ ਸਾਰਿਆਂ ਨੂੰ ਪਸੰਦ ਆਵੇ। ਸੋ ਇਹਨਾਂ ਚੀਜ਼ਾਂ ਨੂੰ ਲੱਭਣ ਦੇ ਲਈ ਫਿਰ ਜਦੋਂ ਕੁਛ ਵਧੀਆ ਮਿਲ ਜਾਂਦਾ ਫਿਰ ਉਹਦਾ ਵੀਡੀਓ ਕਿੱਦਾਂ ਦਾ ਹੋਏਗਾ, ਕੀ ਕਰੀਏ, ਇਹਨਾਂ ਚੀਜ਼ਾਂ ਵਿੱਚ ਹੀ। ਕੌਰ ਜਿਵੇਂ ਜਿਵੇਂ ਸਾਡੇ ਨਾਲ ਅਕਸਰ ਹੁੰਦੀ ਜੇ ਅਸੀਂ ਸਾਰਾ ਦਿਨ ਕੋਈ ਕੰਮ ਕਰੀ ਜਾਈਏ ਤਾਂ ਸੁਪਨਾ ਵੀ ਉਦਾਂ ਦਾ ਆ ਜਾਂਦਾ, ਮੈਨੂੰ ਸੱਚੀ ਸੱਚੀ ਦੱਸੀ ਕੌਰ ਸੁਪਨੇ 'ਚ ਖਾੜੇ ਲਾਏ? ਬਹੁਤ ਵਾਰੀ, ਇਹ ਤਾਂ ਨੋਰਮਲ ਗੱਲ ਹੈ। ਮੈਂ ਮੇਰੇ ਨਾਲ ਸੱਚੀ ਮੈਨੂੰ ਲੱਗਦਾ ਸਾਰਿਆਂ ਨਾਲ ਹੀ ਹੁੰਦਾ ਹੋਊਗਾ, ਜਿਵੇਂ ਸਾਰਾ ਦਿਨ ਜੋ ਮੈਂ ਸੋਚਦੀ ਰਹਿੰਦੀ ਹਾਂ ਕਰਦੀ ਰਹਿੰਦੀ ਹਾਂ ਉਹ ਸੁਪਨੇ 'ਚ ਵੀ ਉੱਦਾਂ ਹੀ ਚੱਲਦਾ ਰਹਿੰਦਾ ਨਾ। ਮੈਨੂੰ ਕਈ ਵਾਰੀ ਸੁਪਨੇ 'ਚ ਵੀ ਐਵੇਂ ਲੱਗਦਾ ਕਿ ਬਿਲਕੁਲ ਲਾਈਫ ਰੀਅਲ ਚੱਲਦੀ ਪਈ ਹੈ ਨਾ, ਸੁਪਨਾ ਨਹੀਂ ਹੈਗਾ। ਤਾਂ ਇਹ ਚੀਜ਼ਾਂ ਨੋਰਮਲ ਨੇ, ਇਹ ਹੁੰਦਾ ਬਹੁਤ ਵਾਰੀ। ਕਈ ਵਾਰੀ ਸੋਚਿਆ ਹੁੰਦਾ ਕਿ ਆਪਾਂ ਇੰਨਾ ਵੱਡਾ ਸ਼ੋਅ ਕਰਨਾ ਆ ਜਾਂ ਇਹ ਚੀਜ਼ ਕਰਨੀ ਆ, ਤਾਂ ਉਹ ਚੀਜ਼ਾਂ ਸੁਪਨੇ 'ਚ ਮੈਂ ਸਨੀ ਦਿਓਲ ਜੀ ਨਾਲ ਕਈ ਵਾਰੀ ਗਾਣੇ ਕਰ ਲਏ, ਫਿਲਮਾਂ ਕਰ ਲਈਆਂ।
ਸੋ ਸੁਪਨੇ ਅਸਦੇ ਮੈਂ ਬਹੁਤ ਬਹੁਤ ਫਿਲਮਾਂ ਕਰ ਚੁੱਕੀ ਹਾਂ, ਬਹੁਤ ਗਾਣੇ ਕਰ ਚੁੱਕੀ ਹਾਂ, ਸੋ ਇਹ ਵੀ ਵਧੀਆ ਹੈ ਪਾਰਟ ਹੈ ਇੱਕ। ਦੇਖੋ ਜਦੋਂ ਤੱਕ ਔਰ ਤੁਹਾਡਾ ਇੱਕ ਸਿੰਗਲ ਤੁਹਾਡਾ ਆਪਣਾ ਲਾਈਵ ਸ਼ੋਅ ਹੈ, ਤੁਸੀਂ 2-2.5 ਘੰਟੇ ਪਰਫਾਰਮ ਕਰਨਾ, ਫਿਰ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਸਟਾਰਟਿੰਗ ਦੇ ਵਿੱਚ ਕਿਹੜੀ ਚੀਜ਼ ਰੱਖਣੀ ਹੈ, ਉਸ ਤੋਂ ਬਾਅਦ ਇੱਦਾਂ 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 ਫਾਰਮੈਟ ਤੁਹਾਡਾ ਇੱਕ, ਹੈ ਨਾ, ਤੁਹਾਨੂੰ ਪਤਾ ਹੁੰਦਾ ਕਿ ਮੈਂ ਚੱਕਵੇਂ ਗਾਣੇ ਥੋੜ੍ਹੇ ਜਿਹੇ ਬਾਅਦ 'ਚ ਰੱਖਣੇ ਹੈ ਜਦੋਂ ਨੱਚਣਾ ਮਾਹੌਲ ਹੋ ਜੇ। ਮੈਂ ਵੈਸੇ ਜੇ ਆਪਣੀ ਗੱਲ ਕਰਾਂ, ਮੈਂ ਕੁਛ ਵੀ ਪਲਾਨ ਕਰਕੇ ਸੋਚ ਕੇ ਨਹੀਂ ਕਰਦੀ, ਹੈ ਨਾ, ਮੈਂ ਸ਼ੋਅ 'ਤੇ ਵੀ ਜਾਂਦੀ ਹਾਂ ਤਾਂ ਮੈਂ ਇਹ ਨਹੀਂ ਸੋਚਿਆ ਹੁੰਦਾ ਪਹਿਲਾਂ ਆਹ ਗਾਣਾ ਗਾਣਾ ਫਿਰ ਆਹ ਗਾਣਾ ਗਾਣਾ, ਹੈ ਨਾ, ਕਿਉਂਕਿ ਮੈਂ ਚਲੋ ਗਾਣੇ ਬਾਬਾ ਜੀ ਦੀ ਕਿਰਪਾ ਨਾਲ ਸਾਰੇ ਵਧੀਆ ਨੇ, ਸਾਰਿਆਂ ਨੂੰ ਪਿਆਰ ਕਰਦੇ ਨੇ, ਹੈ ਨਾ, ਅਤੇ ਮੈਂ ਉੱਥੇ ਜਾ ਕੇ ਦੇਖਦੀ ਹਾਂ ਪਹਿਲਾਂ, ਚਲੋ ਧਾਰਮਿਕ ਸੌਂਗ ਆਪਾਂ ਕਰਦੇ ਹਾਂ ਨਾ, ਉਸ ਤੋਂ ਬਾਅਦ ਇੱਕ ਦੋ ਗਾਣੇ ਆਪਾਂ ਗਾਈਦੇ ਆ, ਕੋਈ ਵੀ ਲਾਈਕ ਮੇਰੇ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਸਾਰੇ ਪਸੰਦ ਕਰਦੇ ਨੇ, ਉਸ ਤੋਂ ਬਾਅਦ ਮਾਹੌਲ ਦੇ ਅਕੋਰਡਿੰਗ ਜਿੱਦਾਂ ਦਾ ਮਾਹੌਲ ਬਣਿਆ ਹੁੰਦਾ, ਕੋਈ ਡਾਂਸ ਫਲੋਰ 'ਤੇ ਹੁੰਦੇ ਨੇ ਲੋਕ ਤਾਂ ਉਹਨਾਂ ਦਾ ਉੱਦਾਂ ਦਾ ਮਾਹੌਲ ਹੁੰਦਾ, ਤਾਂ ਫਿਰ ਆਪਾਂ ਡਾਂਸ ਬੀਟ ਗਾਣੇ ਰੱਖਦੇ, ਅਤੇ ਬਾਕੀ ਇੱਦਾਂ ਵੀ ਹੁੰਦਾ ਕਈ ਵਾਰੀ ਨੱਚਦੇ ਟੱਪਦੇ ਭੰਗੜੇ ਪਾਉਂਦੇ ਸਾਰੇ ਇੱਦਾਂ ਕਹਿ ਦਿੰਦੇ ਨੇ ਮਿਸ ਯੂ ਗਾਣਾ ਸੁਣਾ ਦਿਉ, ਮੇਰਾ ਸੈਡ ਸੌਂਗ, ਸੋ ਉਹ ਵੀ ਮੈਂ ਢੋਲ 'ਤੇ ਗਾਇਆ ਕਈ ਵਾਰੀ, ਹੈ ਨਾ, ਤਾਂ ਪਤਾ ਨਹੀਂ ਹੁੰਦਾ ਕਦੋਂ ਕਿੱਦਾਂ ਦਾ ਮਾਹੌਲ ਹੋਵੇ। ਸੋ ਕਈ ਵਾਰੀ ਤਾਂ ਐਸੀਆਂ ਸਟੇਜਿਸ ਹੁੰਦੀਆਂ ਨੇ ਕੋਲ ਜਿੱਥੇ 4-4, 5-5 ਸਿੰਗਰਸ ਨੇ ਇਕੱਠੇ ਪਰਫਾਰਮ ਕਰਨਾ, ਜਾਂ 15-15 ਮਿੰਟ ਦਾ ਟਾਈਮ, ਜਾਂ ਅੱਧੇ ਅੱਧੇ ਘੰਟੇ ਦਾ ਟਾਈਮ, ਜਦੋਂ ਕੌਰ ਨੂੰ ਪਤਾ ਹੁੰਦਾ ਕਿ ਯਾਰ ਮੇਰੇ ਕੋਲ ਇੰਨਾ ਟਾਈਮ ਹੈ, ਅਤੇ ਕੌਰ ਜਦੋਂ ਤੁਸੀਂ ਉਹ ਪਰਫਾਰਮੈਂਸ ਦੇ ਕੇ ਗੱਡੀ 'ਚ ਬੈਠਦੇ ਹੋ, ਦੇਣ ਤੋਂ ਬਾਅਦ ਗੱਡੀ 'ਚ ਬੈਠਦੀ ਹੈ ਕੌਰ ਵੀ, ਫਿਰ ਇਹ ਸੋਚਦੀ ਹੈ ਅੱਜ ਮੈਨੂੰ ਚਾਹੇ 20 ਮਿੰਟ ਮਿਲੇ ਸੀ, ਪਰ ਮੈਂ ਆਪਣਾ ਕੰਮ ਕਰਿਆ ਹੀ। ਸਹੀ ਗੱਲ ਹੈ, ਇੱਦਾਂ ਇੱਕ ਵਾਰੀ ਮੇਰੇ ਨਾਲ ਹੋਇਆ ਆ, ਕੈਨੇਡਾ ਸ਼ੋਅ ਸੀ ਮੇਰਾ ਲਾਸਟ, ਟੋਰਾਂਟੋ ਦੀ ਗੱਲ ਹੈਗੀ, ਤਾਂ ਮੇਰੇ ਇੰਨਾ ਕੁ ਟਾਈਮ ਸੀਗਾ ਮੇਰੇ ਕੋਲ, ਲਾਈਕ ਪਹਿਲਾਂ ਮੈਨੂੰ ਸੀਗਾ ਕਿ ਪਹਿਲਾਂ ਟਾਈਮਿੰਗ ਹੀ ਨਹੀਂ ਫਾਈਨਲ ਸੀ ਕਿ ਮੈਂ ਕਦੋਂ ਗਾਣਾ, ਇੱਕਦਮ ਮੈਨੂੰ ਮੇਰੀ ਟਾਈਮਿੰਗ ਥੋੜ੍ਹੀ ਲੇਟ ਸੀਗੀ, ਬਟ ਇੱਕਦਮ ਸਟੇਜ ਬੈਕ ਸਟੇਜ ਸੀ, ਮੈਂ ਇੱਕਦਮ ਅਨਾਊਂਸ ਕਰਤਾ ਮੇਰਾ ਨਾਮ, ਅਤੇ ਮੈਂ ਸ਼ੌਕ ਸੀ ਕਿ ਆਹ ਕੀ ਹੋਇਆ, ਹੈ ਨਾ, ਤਾਂ ਜਦੋਂ ਮੈਂ ਸਟੇਜ 'ਤੇ ਗਈ ਮੈਂ ਪੂਰੇ ਗੁੱਸੇ 'ਚ ਸੀ, ਹੈ ਨਾ, ਕਿ ਟਾਈਮਿੰਗ ਹੀ ਸਾਰੀ ਅਦਲ ਬਦਲ ਕਰ ਦਿੱਤੀ, ਮੈਂ ਕਿਹਾ ਮੈਂ ਗਾਣਾ ਹੀ ਨਹੀਂ, ਮੇਰਾ ਮੂਡ ਨਹੀਂ ਹੈ ਨਾ, ਇੱਕ ਦੋ ਗਾਣੇ ਗਾਊਂਗੀ, ਬਟ ਜਦੋਂ ਮੈਂ ਸਟੇਜ 'ਤੇ ਗਈ, ਜਦ ਮੈਂ ਸਟੇਜ ਆ ਕੇ ਖੜੀ, ਜਦ ਮੈਂ ਕਰਾਊਡ ਦੇਖਿਆ, ਲਾਈਕ ਹੂਟਿੰਗ ਕਰ ਰਹੇ ਸੀ ਸਾਰੇ, ਮੈਨੂੰ ਇੰਨਾ ਵਧੀਆ ਲੱਗਿਆ ਨਾ, ਗਾਂਧੀ ਗਾਂਧੀ ਸੋਚੀ ਗਈ ਕਿ ਜਿਹੜਾ ਹੁਣ ਹੈਗੇ ਨਾ 15 ਮਿੰਟ, ਉਹ ਐਵੇਂ ਗਾਣੇ ਨੇ ਕਿ ਬਸ ਸਾਰੇ ਯਾਦ ਰੱਖਣ, ਤਾਂ ਗੁੱਸੇ 'ਚ ਲਾ ਲਓ ਜਾਂ ਤੁਸੀਂ ਮਤਲਬ ਉਸ ਚੀਜ਼ ਨੂੰ ਮੇਰਾ ਕੰਮ ਲਾ ਲਓ ਜਾਂ ਜੋ ਵੀ ਲਾ ਲਓ, ਹੈ ਨਾ, ਜਾਂ ਉੱਦਾਂ ਦਾ ਮੂਡ ਸੀਗਾ, ਮੈਂ ਸਕੇਲ ਹਾਂ ਇੱਕ ਸਕੇਲ ਉੱਪਰ ਹੋਰ ਕਰਕੇ ਉੱਚਾ, ਮੈਂ ਹੁਣ ਇੱਦਾਂ ਹੀ ਗਾਣਾ, ਸੋ ਲਾਈਕ ਫਿਰ ਇੱਦਾਂ ਹੋ ਜਾਂਦਾ ਨਾ, ਇੱਕ ਚੈਲੰਜ ਹੋ ਜਾਂਦਾ, ਹੈ ਨਾ, ਕਿ ਆਪਾਂ ਸਾਰੇ ਜਾਣੇ ਹਾਂ ਤਾਂ ਆਪਾਂ ਆਪਣੀ ਬੈਸਟ ਪਰਫੋਰਮੈਂਸ ਦੇਣੀ ਹੈ ਨਾ, ਸਾਰੇ ਵਧੀਆ ਗਾਉਂਦੇ ਨੇ, ਸਾਰੇ ਵਧੀਆ ਕੰਮ ਕਰਦੇ ਨੇ, ਬਟ ਆਪਾਂ ਆਪਣੀ ਪਰਫੋਰਮੈਂਸ ਬੈਸਟ ਦੇਣੀ ਹੈ, ਫਿਰ ਤਿੰਨ ਘੰਟੇ ਦਾ 2 ਘੰਟੇ ਦਾ ਜਿਹੜਾ ਪ੍ਰੋਗਰਾਮ ਆ ਉਹਨੂੰ ਫਿਰ ਮੈਂ ਅੱਧੇ ਘੰਟੇ 'ਚ ਗਾਊਂਗੀ, ਤਾਂ ਫਿਰ ਓਬਵੀਅਸਲੀ ਉਹ ਥੋੜ੍ਹਾ ਫਰਕ ਤਾਂ ਪਊਗਾ, ਬਸ ਹਾਂਜੀ, ਫਿਰ ਬਹੁਤ ਵਧੀਆ ਸੀ, ਮੈਨੂੰ ਇੰਨਾ ਵਧੀਆ ਲੱਗਿਆ ਕਿ ਉਹ ਅੱਧੇ ਘੰਟੇ ਤੋਂ ਬਾਅਦ ਸਾਰੇ ਲੋਕ ਮੇਰੇ ਪਿੱਛੇ ਮੇਰੇ ਹੋਟਲ ਤੱਕ ਆਏ ਫੋਟੋਜ਼ ਕਰਾਉਣ ਲਈ, ਤਾਂ ਮੈਨੂੰ ਸਭ ਨੇ ਕਿਹਾ ਕਿ ਤੁਸੀਂ ਇੰਨੀ ਛੇਤੀ ਕਿਉਂ ਖਤਮ ਕਰਦਾ, ਇੰਨੀ ਛੇਤੀ ਕਿਉਂ ਗਾਇਆ, ਇੰਨਾ ਘੱਟ ਟਾਈਮ ਕਿਉਂ ਸੀ, ਸੋ ਵਧੀਆ ਲੱਗਦਾ। ਅਤੇ ਕੌਰ ਜਿਵੇਂ ਚਲੋ ਸਾਨੂੰ ਇੰਨੀ ਮਿਊਜ਼ਿਕ ਦੀ ਜੇ ਉਹ ਡੀਪਲੀ ਨੌਲੇਜ ਨਹੀਂ ਹੈਗੀ ਕਿ ਅਸੀਂ ਇਹ ਦੱਸ ਸਕੀਏ ਕਿ ਇਹ ਕਿਹੜੇ ਰਾਗ 'ਚ ਹੈ ਕਿਹੜੇ ਰਾਗ 'ਚ ਹੈ, ਉਹ ਤੁਹਾਡਾ ਕੰਮ ਹੈ, ਅਗਰ ਮੈਂ ਕੌਰ ਵੀ ਇਹ ਪੁੱਛਾਂ ਕਿ ਹੁਣ ਤੱਕ ਜੇ ਜਿਵੇਂ ਤੁਹਾਨੂੰ 15 ਮਿੰਟ ਮਿਲੇ ਆ, 20 ਮਿੰਟ ਮਿਲੇ ਆ, ਤਾਂ ਕੌਰ ਨੂੰ ਇਹ ਹੈ, ਕੌਰ ਵੀ ਨੂੰ ਇਹ ਹੈ ਕਿ ਮੈਂ ਨਾ ਵਿੱਚੋਂ ਲਿੰਕ ਤੋੜਨਾ ਨਹੀਂ ਹੈ, ਜੇ ਮੈਂ ਸਟਾਰਟ ਹੋਈ ਹੈ ਤਾਂ ਆਪਣੇ ਗਾਣੇ ਮਿਕਸ ਕਰਦੇ 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 15-20 ਮਿੰਟ ਮੈਂ ਕੱਢਦੇ ਨੇ, ਇੱਦਾਂ ਹੁੰਦਾ? ਹਾਂਜੀ ਹੁੰਦਾ, ਲਾਈਕ ਇੱਕ ਗਾਣੇ ਦੇ ਵਿੱਚ ਮੈਂ ਫਿਰ ਗਾਉਂਦੇ ਗਾਉਂਦੇ ਹੀ ਨਾਲ ਜਿਹੜੇ ਵੀ ਆਪਣੇ ਹੋਰ ਗਾਣੇ ਨੇ ਮੈਂ ਨਾਲ ਹੀ ਸਟਾਰਟ ਕਰ ਦਿੰਦੀ, ਕਈ ਵਾਰੀ 2-4 ਗਾਣੇ ਮਿਕਸ ਕਰ ਦਿੰਦੇ ਨੇ, ਕਦੀ ਉਹਦਾ ਵਿੱਚ ਇੱਕ ਅੰਤਰਾ ਗਾਤਾ, ਉਹਦੀ ਸਥਾਈ ਗਾਤੀ, ਕੁਛ ਸੌਂਗਸ ਸੇਮ ਰਾਗ ਦੇ ਸੇਮ ਬੀਟ ਦੇ ਹੁੰਦੇ ਨੇ, ਉਹ ਗਾ ਲਈਦੇ ਨੇ, ਵੈਸੇ ਵੀ ਗਾਣਾ ਖਤਮ ਹੁੰਦੇ ਅਗਲਾ ਗਾਣਾ ਫਿਰ ਮੈਂ ਪਹਿਲਾਂ ਹੀ ਸੋਚਦੀ ਹਾਂ ਕਿ ਹੁਣ ਇਸ ਤੋਂ ਬਾਅਦ ਮੈਂ ਇਹ ਗਾਣਾ ਗਾਣਾ, ਤਾਂ ਫਿਰ ਮੈਂ ਨਾਲ ਹੀ ਚੱਕ ਲੈਂਦੀ ਹਾਂ, ਲਾਈਕ ਕਿਉਂਕਿ ਟੁੱਟਣਾ ਨਹੀਂ ਚਾਹੀਦਾ, ਸਾਰਿਆਂ ਦੀ ਕੰਟੀਨਿਊਟੀ ਬਣੀ ਹੁੰਦੀ ਆ, ਹੈ ਨਾ, ਲਾਈਕ ਸਾਰੇ ਉੱਦਾਂ ਪਰਫੋਰਮ ਕਰਦੇ ਹੁੰਦੇ ਨੇ, ਆਪਣਾ ਮੂਡ ਵੀ ਬਣ ਜਾਂਦਾ, ਹੈ ਨਾ, ਇਹ ਨੋਰਮਲ ਗੱਲ ਆ, ਕਰਾਊਡ ਵੇਖ ਕੇ ਲੋਕਾਂ ਨੂੰ ਦੇਖ ਕੇ, ਹੈ ਨਾ, ਉਹਨਾਂ ਦਾ ਇੰਨਾ ਪਿਆਰ ਦੇਖ ਕੇ, ਉਹ ਜਿਹੜੀ ਐਨਰਜੀ ਹੈ ਨਾ, ਉਹ ਮਤਲਬ ਮੈਨੂੰ ਲੱਗਦਾ ਬੰਦਾ ਮੁੱਲ ਵੀ ਨਹੀਂ ਖਰੀਦ ਸਕਦਾ, ਹੈ ਨਾ, ਤਾਂ ਉਹ ਆਪਣੇ ਆਪ ਹੀ ਆ ਜਾਂਦੀ, ਫਿਰ ਆਪ ਵੀ ਜੀ ਕਰਦਾ ਕਿ ਹਾਂ ਯਾਰ ਗਾਈ ਜਾਈਏ ਹੁਣ ਹਟੀਏ, ਨਾ, ਕਈ ਵਾਰੀ ਇੱਦਾਂ ਵੀ ਹੁੰਦਾ। ਜ਼ਿਆਦਾ ਤੋਂ ਜ਼ਿਆਦਾ ਕਿੰਨੇ ਗਾਣੇ ਤੁਸੀਂ ਇੱਕ ਵਾਰ 'ਚ ਕੋਲੈਬੋਰੇਸ਼ਨ ਕੀਤੇ ਕੋਲੈਬੋਰੇਟ ਕੀਤੇ? ਮੈਂ ਸਾਰੇ ਸੌਂਗਸ ਤਾਂ ਨਹੀਂ ਕਰਦੇ, ਮੈਂ ਸਾਰੇ ਨਹੀਂ ਨਹੀਂ ਸਾਰੇ ਸੌਂਗ ਨਹੀਂ, ਵਿੱਚ 3-4 ਗਾਣੇ, 4-5 ਗਾਣੇ ਵੀ ਹੋ ਜਾਂਦੇ ਆ, ਤਾਂ ਇੱਦਾਂ ਕਾ ਹੈਗਾ ਕਿ ਮੈਂ ਲਗਾਤਾਰ ਘੰਟਾ 1.5-2 ਘੰਟੇ ਲਗਾਤਾਰ ਵੀ ਮਤਲਬ ਗਾਇਆ ਹੋਇਆ ਸਟੇਜ 'ਤੇ, ਹਾਂਜੀ, ਬਿਨਾਂ ਰੁਕੇ, ਬਿਨਾਂ ਲਾਈਕ ਚਲੋ ਗਾਈ ਜਾਓ ਗਾਈ ਜਾਓ, ਅਰੇ ਵਾਹ, ਹਾਂ, ਕਈ ਵਾਰੀ ਇੱਦਾਂ ਵੀ ਹੋ ਜਾਂਦਾ, ਪਰ ਬਾਅਦ ਵਿੱਚ ਬੁਰੀ ਹਾਲਤ ਹੋ ਜਾਂਦੀ ਹੈ ਨਾ, ਕਿਉਂਕਿ ਇੱਕਦਮ ਲਗਾਤਾਰ ਜ਼ੋਰ ਲਾ ਕੇ ਗਾਈ ਜਾਣਾ ਗਾਈ ਜਾਣਾ, ਹੈ ਨਾ, ਰੁਕ 1 ਮਿੰਟ ਵੀ ਨਹੀਂ ਰੁਕਣਾ, ਤਾਂ ਥੋੜ੍ਹਾ ਜਿਹਾ ਹੁੰਦਾ, ਪਰ ਵਧੀਆ ਲੱਗਦਾ, ਹੈ ਨਾ, ਇੰਜੋਏ ਕਰਦੀ ਹਾਂ ਮੈਂ। ਤੁਸੀਂ ਇੱਕ ਤਰੀਕੇ ਨਾਲ ਉਹ ਤੁਹਾਡੀ ਪਿੱਚ ਹੈ ਜਦੋਂ ਤੁਸੀਂ ਸਟੇਜ 'ਤੇ ਪਰਫੋਰਮ ਕਰਨਾ ਹੈ, ਜਿਵੇਂ ਸਪੋਰਟਸ ਵਾਲੇ ਪਿੱਚ ਦੇ ਉੱਤੇ ਆਪਣਾ ਸਪੋਰਟਸ ਕਰਦੇ ਆ, ਤੁਸੀਂ ਸਟੇਜ ਦੇ ਉੱਤੇ ਆਪਣੀ ਪਰਫੋਰਮੈਂਸ ਦੇਣੀ ਹੈ, ਕਈ ਵਾਰੀ ਨਾ ਕੁਛ
ਟੋਟਕੇ ਹੁੰਦੇ ਆ, ਜਿਵੇਂ ਕਿ ਕੁਝ ਕ੍ਰਿਕਟਰਸ ਇਹ ਟੋਟਕੇ ਕਰਦੇ ਆ ਕਿ ਯਾਰ ਮੈਂ ਨਾ ਜੇਬ 'ਚ ਲਾਲ ਰੁਮਾਲ ਰੱਖਣਾ, ਮੇਰੀ ਬੈਟਿੰਗ ਬੜੀ ਵਧੀਆ ਹੁੰਦੀ ਹੈ, ਮਤਲਬ ਟੋਟਕੇ ਹੈ ਆਪਾਂ ਇੱਦਾਂ ਕਹਿ ਦਈਏ, ਉਹਨਾਂ ਦਾ ਭਰੋਸਾ ਹੈ ਆਪਾਂ, ਜੋ ਉਹ ਉਹਨਾਂ ਦਾ ਆਪਣਾ ਦਿਲ ਹੈ। ਅਤੇ ਜਿਵੇਂ ਕੌਰਵੀ ਨੂੰ ਪੁੱਛਿਆ ਕੌਰ ਕਿਹੜੀ ਗੱਲ 'ਤੇ ਐਂ ਰੱਖਦੀ ਹੁੰਦੀ ਹੈ, ਜਦੋਂ ਮੈਂ ਸ਼ੋਅ ਕਰਨ ਜਾਣਾ ਆਹ ਚੀਜ਼ ਮੇਰੀ ਇੱਦਾਂ ਹੋਣੀ ਚਾਹੀਦੀ, ਫਿਰ ਮੇਰੀ ਪਰਫੋਰਮੈਂਸ। ਮੈਂ ਤਾਂ ਇਹੀ ਅਰਦਾਸ ਕਰਦੀ ਹਾਂ ਕਿ ਰੱਬੀ ਨਾਲ ਹੋਣਾ ਚਾਹੀਦਾ, ਹੋਰ ਬਾਕੀ ਚੀਜ਼ਾਂ ਤਾਂ ਛੱਡੋ। ਹਾਂਜੀ, ਕਿਉਂਕਿ ਪਰਮਾਤਮਾ ਦੇ ਆਸਰੇ ਆ, ਕਿਉਂਕਿ ਮੈਨੂੰ ਇੱਥੇ ਤੱਕ ਲੈ ਕੇ ਆਉਣ ਵਾਲਾ ਵੀ ਵਾਹਿਗੁਰੂ ਆ, ਕਿਉਂਕਿ ਮੈਂ ਕਦੀ ਬਾਹਲਾ ਨਾ ਗਾਇਆ ਸੀ, ਨਾ ਕਦੀ ਸਿੱਖਿਆ ਸੀ, ਨਾ ਕਦੀ ਸੋਚਿਆ ਸੀ ਕਿ ਸਿੰਗਿੰਗ ਕਰਾਂਗੇ, ਤਾਂ ਮੈਨੂੰ ਲੱਗਦਾ ਕਿ ਜੇ ਉਹ ਵਾਹਿਗੁਰੂ ਇੱਥੇ ਤੱਕ ਲੈ ਕੇ ਆ ਸਕਦਾ ਤਾਂ ਉਹ ਸਟੇਜਾਂ 'ਤੇ ਵੀ ਸਾਂਭ ਸਕਦਾ। ਬਸ ਉਹੀ ਅਰਦਾਸ ਕਰੀਦੀ ਆ ਕਿ ਬਾਬਾ ਇੱਜ਼ਤ ਪੱਤ ਬਣਾਈ ਰੱਖੀ ਅਤੇ ਵਧੀਆ ਹੋਵੇ ਸਭ ਕੁਛ, ਵਧੀਆ ਹੀ ਹੁੰਦਾ। ਬਹੁਤ ਵਧੀਆ। ਆਪਣੀ ਜਦੋਂ ਪਿਛਲੀ ਵਾਰੀ ਗੱਲ ਹੋਈ ਸੀ, ਮੈਂ ਇੱਕ ਗੱਲ ਦੇ ਉੱਤੇ ਤੁਹਾਨੂੰ ਕਿਹਾ ਸੀਗਾ ਕਿ ਮੈਂ ਗੌਰ ਫਰਮਾਨਾ ਹੁੰਦਾ ਕਿ ਜਦੋਂ ਤੁਸੀਂ ਗਾਣਾ ਤਾਂ ਸ਼ੁਰੂ ਕਰਤਾ, ਉਸ ਤੋਂ ਬਾਅਦ ਮੈਂ ਸਪੈਸ਼ਲੀ ਗੌਰ ਫਰਮਾਨਾ ਹੁੰਦਾ ਕਿ ਕੌਰਵੀ ਨੇ ਅੰਤਰਿਆਂ 'ਚ ਕੀ ਰੱਖਿਆ ਹੈਗਾ। ਕਿ ਜਦੋਂ ਮੈਂ ਹੁਣ ਇਹ ਐਂਗੇਜਡ ਜੱਟੀ ਬਾਰੇ ਸੁਣਦਾ, ਨੋ ਡਾਊਟ ਇਹਦਾ ਸਥਾਈ ਐਸਾ ਹੈ ਕਿ ਯਾਰ ਬੰਦੇ ਨੂੰ ਜਮ੍ਹਾਂ ਚੱਕਵਾਂ ਹੈਗਾ ਔਰ ਬੰਨ੍ਹ ਕੇ ਰੱਖਣ ਵਾਲਾ। ਔਰ ਇਸ ਦੇ ਵਿੱਚ ਜਦੋਂ ਮੈਂ ਇਹ ਗਾਣਾ ਪਹਿਲੀ ਵਾਰ ਸੁਣਿਆ ਐਂਗੇਜਡ ਜੱਟੀ, ਤਾਂ ਮੈਨੂੰ ਲੱਗਿਆ ਕਿ ਯਾਰ ਐਕਸਪੈਰੀਮੈਂਟ ਕੀਤਾ ਹੋਇਆ ਇਸ ਗਾਣੇ 'ਚ ਕੁਝ, ਯਾਨੀ ਕਿ ਤੁਸੀਂ ਨਾ ਅੱਗੇ ਇਹ ਨਹੀਂ ਹੈ ਕਿ ਵੀ ਕੋਈ ਖਾਲੀ ਮਿਊਜ਼ਿਕ ਵੱਜ ਰਿਹਾ ਜਾਂ ਹੈ ਨਾ, ਤੁਸੀਂ ਇੱਕ ਪਿੱਚ ਦੇ ਹੋਰ ਪਿੱਚ ਨੂੰ ਚੇਂਜ ਕੀਤਾ ਗਾਇਕ ਉਹਨੂੰ ਕੀ ਕਹਿੰਦੇ ਉਹਨੇ ਸਕੇਲ ਚੇਂਜ ਕੀਤਾ। ਹਾਂਜੀ, ਲਾਈਕ ਜਿਵੇਂ ਸੁਨੱਖੀ ਵਿੱਚ ਵੀ ਆਪਾਂ ਤੁਹਾਨੂੰ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਨਾ, ਸੁਨੱਖੀ ਦੇ ਅੰਤਰੇ ਸੀ ਲੋ ਅਤੇ ਆਏ, ਉਹ ਮਤਲਬ ਇੱਦਾਂ ਕੁਛ ਸੀਗਾ ਨਹੀਂ। ਜਦੋਂ ਆਪਾਂ ਗਾਣਾ ਗਾਉਂਦੇ ਹਾਂ ਨਾ, ਕਈ ਵਾਰੀ ਗਾਣਾ ਗਾਉਂਦੇ ਗਾਉਂਦੇ ਉਦੋਂ ਦਾ ਮਾਹੌਲ ਬਣ ਜਾਂਦਾ, ਜਾਂ ਮੈਨੂੰ ਥੋੜ੍ਹੀ ਜਿਹੀ ਆਦਤ ਹੈਗੀ ਆ, ਮੈਂ ਕੰਪੋਜ਼ ਤੋੜਦੀ ਰਹਿੰਦੀ ਹਾਂ, ਇਹਨੂੰ ਇੱਦਾਂ ਗਾ ਕੇ ਵੇਖ ਲਾ, ਇਹਨੂੰ ਇੱਦਾਂ, ਮੈਂ 3-4 ਸਟਾਈਲਸ ਗਾਉਂਦੀ ਹੁੰਦੀ ਹਾਂ ਹਮੇਸ਼ਾ ਹੀ, ਮੇਰੀ ਇਹ ਬੜੀ ਵੱਡੀ ਪ੍ਰੋਬਲਮ ਹੈ। ਤਾਂ ਔਲਰੇਡੀ ਜਿਹੜੀ ਉਹਨਾਂ ਦੀ ਬੜੀ ਹੁੰਦੀ ਆ ਕੰਪੋਜ਼, ਉਹ ਤਾਂ ਹੁੰਦੀ ਹੈ ਹੈ ਨਾ, ਵਧੀਆ ਹੁੰਦੀ ਹੈ, ਚਲੋ, ਬਟ ਉਹਦੇ ਨਾਲ ਇਹ ਹੁੰਦਾ ਕਿ ਆਈਡੀਆ ਹੋ ਜਾਂਦਾ, ਤਾਂ ਫਿਰ ਆਪਣੇ ਹਿਸਾਬ ਨਾਲ ਮੈਂ ਟਰਾਈ ਕਰਦੀ ਹੁੰਦੀ ਹਾਂ ਕਿ ਕੀ ਬੈਸਟ ਹੋ ਸਕਦਾ। ਜਿੱਦਾਂ ਇਹਦੇ ਵਿੱਚ ਵੀ ਸੀਗਾ, ਮਰਦੀ ਯਕੀਨੀ ਉੱਤੇ ਫੈਨੇ ਇਸ ਗੱਲ ਦੀ ਕਿ ਛੱਤੀ ਪਿੰਡਾਂ ਵਿੱਚ ਤੇਰੀ ਦਾਦਾਗਿਰੀ ਚੱਲਦੀ, ਛੱਤੀ ਪਿੰਡਾਂ ਵਿੱਚ ਤੇਰੀ ਦਾਦਾਗਿਰੀ ਚੱਲਦੀ, ਮਰਦੀ ਯਕੀਨੀ ਉੱਤੇ ਫੈਨੇ ਇਸ। ਉਹ ਥੋੜ੍ਹਾ ਇੱਦਾਂ ਹੋ ਜਾਂਦਾ ਕਿ ਨਾਲੇ ਕੰਪੋਜ਼ ਚੇਂਜ ਹੋ ਗਈ, ਨਾਲੇ ਆਪਾਂ ਲੋਅ ਵੀ ਗਾ ਲਿਆ ਅਤੇ ਹਾਈ ਵੀ ਗਾ ਲਿਆ। ਇਹ ਇੱਦਾਂ ਹੁੰਦਾ ਕਿ ਮੈਨੂੰ ਪਹਿਲਾਂ ਡਰ ਲੱਗਦਾ ਹੁੰਦਾ ਸੀ ਕਿ ਲੋਅ ਮੇਰੀ ਆਵਾਜ਼ ਸਹੀ ਲੱਗੂਗੀ ਜਾਂ ਹਾਈ ਸਹੀ ਲੱਗੂਗੀ, ਪਰ ਉਹ ਚਲੋ ਸੁਨੱਖੀ 'ਚ ਤੁਸੀਂ ਦੇਖਿਆ ਕਿ ਸਾਰਿਆਂ ਨੇ ਪਿਆਰ ਦਿੱਤਾ, ਅਤੇ ਇਹਦੇ ਵਿੱਚ ਵੀ ਹਲਕਾ ਜਿਹਾ ਕੀਤਾ, ਜ਼ਿਆਦਾ ਨਹੀਂ, ਬਟ ਸਾਨੂੰ ਸੁਣ ਕੇ ਆਪ ਨੂੰ ਵਧੀਆ ਲੱਗਿਆ। ਪਹਿਲਾਂ ਮੈਂ ਗੱਡੀ 'ਚ ਬਹੁਤ ਵਾਰੀ ਗਾਣਾ ਸੁਣਿਆ ਨਾ, ਕਿਉਂਕਿ ਜਿਹੜੀ ਵੀ ਚੀਜ਼ ਆ ਜੇ ਆਪਾਂ ਨੂੰ ਵਧੀਆ ਲੱਗਦੀ ਹੈ ਸੁਣਨ ਨੂੰ ਹੈ ਨਾ, ਤਾਂ ਫਿਰ ਤਾਂ ਹੀ ਸਭ ਨੂੰ ਵਧੀਆ ਰਚਣੀ ਚਾਹੀਦੀ ਹੈ। ਹਾਂਜੀ, ਅਤੇ ਜਿਵੇਂ ਹੁਣ ਆਪਾਂ ਇਹਦੀ ਆਹ ਗੱਲ ਕੀਤੀ, ਜਿਵੇਂ ਤੁਸੀਂ ਹਲਕਾ ਜਿਹਾ ਗਾਤਾ, ਤਾਂ ਮੈਨੂੰ ਅਸੀਂ ਅੱਗੇ ਕੰਟੀਨਿਊ ਕਰੋ, ਕੰਟੀਨਿਊ ਤੁਸੀਂ ਕੀਤਾ ਨਹੀਂ, ਕਿਵੇਂ ਮੈਨੂੰ ਵੈਸੇ ਹਜੇ ਗਾਣਾ ਆਇਆ ਹੀ ਆ ਮੇਰਾ, ਮੈਨੂੰ ਚੰਗੀ ਤਰ੍ਹਾਂ ਯਾਦ ਵੀ ਨਹੀਂ, ਗਾਇਆ ਵੀ ਨਹੀਂ, ਅਤੇ ਲਾਈਕ ਇੱਦਾਂ ਸੀਗਾ, ਹੋ ਮਰਦੀ ਯਕੀਨੀ ਉੱਤੇ ਫੈਨੇ ਇਸ ਗੱਲ ਦੀ ਵੇ ਛੱਤੀ ਪਿੰਡਾਂ ਵਿੱਚ ਤੇਰੀ ਦਾਦਾਗਿਰੀ ਚੱਲਦੀ, ਮਰਦੀ ਯਕੀਨੀ ਉੱਤੇ ਫੈਨੇ ਇਸ ਗੱਲ ਦੀ ਕਿ ਛੱਤੀ ਪਿੰਡਾਂ ਵਿੱਚ ਤੇਰੀ ਦਾਦਾਗਿਰੀ ਚੱਲਦੀ, ਛੱਤੀ ਪਿੰਡਾਂ ਵਿੱਚ ਤੇਰੀ ਦਾਦਾਗਿਰੀ ਚੱਲਦੀ, ਆ ਜਿਹੜੀ ਪੋਕਿਟ ਲਗਾਉਣ ਮੇਰੀ ਭੈਣ ਦੱਬਦੀ ਵੇ, ਤੂੰ ਕਿੰਨੀ ਵਾਰੀ ਝੰਬੀ ਹੋਈ ਆ, ਉਹ ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ ਜੱਟੀ ਵੈਲੀ ਨਾਲ ਮੰਗੀ ਹੋਈ ਆ। ਸੋ ਇੱਦਾਂ ਹੁੰਦਾ ਨਾ, ਜਿਵੇਂ ਤੁਸੀਂ ਮੈਨੂੰ ਯਾਦ ਹੈ, ਮੈਨੂੰ ਪਿਛਲੀ ਵਾਰੀ ਕਿਹਾ ਸੀ ਕਿ ਗਾਣਾ ਜਦੋਂ ਸ਼ੁਰੂ ਹੁੰਦਾ ਉਹਦਾ ਇੰਟਰਸਟ ਬਣ ਜਾਂਦਾ, ਅੱਗੇ ਜਾ ਕੇ ਕਿਵੇਂ ਵੇਖਦੇ ਹੋ ਕਿ ਅੰਤਰਾ ਵੀ ਉਵੇਂ ਦਾ ਹੁੰਦਾ ਰਹੇ ਕਿ ਲੋਕ ਸੁਣਦੇ ਰਹਿਣ, ਹੈ ਨਾ। ਤਾਂ ਮੈਂ ਸੱਚੀ ਇਹ ਤੁਹਾਡੀ ਗੱਲ ਪੱਲੇ ਬੰਨੀ, ਵੈਸੇ ਮੇਰੇ ਪਹਿਲਾਂ ਵੀ ਸੀਗੀ ਮਾਇੰਡ 'ਚ, ਪਰ ਉਦੋਂ ਵੀ ਮੈਂ ਜ਼ਿਆਦਾ ਧਿਆਨ ਦਿੱਤਾ ਕਿਉਂਕਿ ਮੈਂ ਸੋਚਿਆ ਕਿ ਮੈਂ ਇਹ ਗੱਲ ਸੋਚਦੀ ਸੀ, ਹੈ ਨਾ, ਮੈਂ ਇਹਦਾ ਮਤਲਬ ਕੋਈ ਹੋਰ ਵੀ ਸੋਚਦਾ ਹੈ, ਇਹਦਾ ਮਤਲਬ ਸਾਰੇ ਸੋਚਦੇ ਹੋਣਗੇ ਨਾ। ਤਾਂ ਫਿਰ ਇਹ ਚੀਜ਼ਾਂ ਵੀ ਕਾਫੀ ਧਿਆਨ ਰੱਖੀਆਂ ਕਿ ਹਾਂ ਉਹਦੀ ਕੰਪੋਜ਼ ਵੀ ਐਵੇਂ ਦੇ ਹੋਵੇ, ਕਿਉਂਕਿ ਮੈਨੂੰ ਐਕਚੁਅਲ 'ਚ ਮੈਨੂੰ ਆਹ ਵਾਲੀ ਕੰਪੋਜ਼ ਬੜੀ ਵਧੀਆ ਲੱਗੀ ਜਿਹੜੀ ਹਾਈ ਵਾਲੀ ਹੈਗੀ, ਕਿਉਂਕਿ ਗਾਣਾ ਭੰਗੜੇ ਵਾਲਾ ਆ, ਬੀਟ ਸੌਂਗ ਆ, ਅਤੇ ਫਿਰ ਮੈਨੂੰ ਇਹ ਪਹਿਲਾਂ ਸੋਚਦੇ ਸੀ ਕਿ ਜਿੱਦਾਂ ਆਪਾਂ ਲੋਅ ਰੱਖੀਏ, ਫਿਰ ਸੋਚਿਆ ਕਿ ਨਹੀਂ ਆਪਾਂ ਸੁਨੱਖੀ ਵਿੱਚ ਉਹ ਕਰ ਚੁੱਕੇ ਹਾਂ, ਹੈ ਨਾ, ਤਾਂ ਇਹਨੂੰ ਜ਼ਿਆਦਾ ਹੀ ਲੋਅ ਸਾਰਾ ਹੀ ਨਾ ਰੱਖੀਏ, ਹੈ ਨਾ, ਕਿਉਂਕਿ ਇਹਦੇ ਵਿੱਚ ਭੰਗੜਾ ਚਾਹੀਦਾ, ਬੀਟ ਚਾਹੀਦੀ ਆ। ਤਾਂ ਫਿਰ ਉਹ ਵਾਲੀ ਕੰਪੋਜ਼ ਜਿਹੜੀ ਹੈਗੀ ਆ ਉਹ ਸਪੈਸ਼ਲੀ ਇਸ ਕਰਕੇ ਸੀਗੇ ਕਿ ਭੰਗੜਾ ਸਾਰੇ ਖੁੱਲ੍ਹ ਕੇ ਪਾਉਣ। ਹੋ ਮਰਦੀ ਯਕੀਨੀ ਉੱਤੇ ਫੈਨੇ ਇਸ ਗੱਲ ਦੀ ਵੇ ਛੱਤੀ ਪਿੰਡਾਂ ਵਿੱਚ ਤੇਰੀ ਦਾਦਾ, ਅਤੇ ਇਹ ਫਿਰ ਮਤਲਬ ਆਪਣੀ ਸਿੱਧੀ ਸਿੱਧੀ ਕੰਪੋਜ਼ ਵੀ ਆ, ਅਤੇ ਭੰਗੜੇ ਵਾਲੀ ਵੀ ਆ, ਬੀਟ ਵਾਲੀ ਵੀ ਆ, ਅਤੇ ਬਾਕੀ ਹੁਣ ਤਾਂ ਗਿਆ। ਹੋਰ ਹੁੰਦਾ ਕਿ ਜਿਵੇਂ ਨਾ ਤੁਸੀਂ ਇਹਦਾ ਜਿਹੜੀ ਪੰਚ ਲਾਈਨ ਹੈਗੀ ਹੈ, ਹੈ ਨਾ, ਉਹ ਹਰੇਕ ਮੁੰਡੇ ਨੂੰ ਐਂ ਲੱਗਦਾ ਹੁੰਦਾ ਕਿ ਯਾਰ ਵਾਕਈ ਮੇਰੀ ਦਾਦਾਗਿਰੀ, ਮੈਂ ਹਵਾ 'ਚ ਤਾਂ ਹਰ ਕੋਈ ਹੁੰਦਾ, ਅਤੇ ਤੁਸੀਂ ਪੰਪ ਦੇ ਦਿੱਤਾ ਉਹਨੂੰ ਹੋਰ। ਨਹੀਂ, ਪੰਪ ਨਹੀਂ ਦਿੱਤਾ, ਹਵਾ ਨਹੀਂ ਹੈ, ਇੱਕ ਮੁੰਡੇ ਦੇ ਸੁਭਾਅ ਦੀ ਗੱਲ ਕੀਤੀ, ਹੈ ਨਾ, ਅਤੇ ਇਹ ਗੱਲਾਂ ਹੈਗੀਆਂ ਨੇ, ਮੈਂ ਵੇਖੀਆਂ ਹੋਈਆਂ ਨੇ, ਕਿਉਂਕਿ ਮੈਂ ਵੀ ਪਿੰਡ 'ਚ ਰਹਿਣ ਵਾਲੀ ਹਾਂ, ਤਾਂ ਸਾਡੇ, ਹੈ ਨਾ, ਸਾਡੀ ਫੈਮਿਲੀਸ ਵੀ ਨੇ ਮੇਰੇ ਸਾਰੇ ਵੀਰ ਭਰਾ, ਤਾਂ ਜੱਟਾਂ ਦਾ ਸੁਭਾਅ ਕਿਵੇਂ ਦਾ ਹੁੰਦਾ, ਇਹ ਕੋਈ ਉਹ ਗੱਲ ਨਹੀਂ ਹੈਗੀ ਕਿ ਅਸੀਂ ਜੀ ਜੱਟਾਂ ਨੂੰ ਇੰਜ ਕਰਤਾ, ਜਾਂ ਇਹ ਨੈਚੁਰਲ ਗੱਲ ਆ, ਇਹ ਆਪਣੇ ਬਲੱਡ 'ਚ ਆ, ਜ਼ਰੂਰੀ ਨਹੀਂ ਕਿ ਉਹ ਬੰਦੇ ਦਾ
ਸੁਭਾਅ ਐਵੇਂ ਦਾ ਉਹ ਬੁਰਾ ਆ ਉਹ ਹੁਣ ਜਿਹੜੀ ਚੀਜ਼ ਹੁਣ ਬਲੱਡ ਚ ਹਨਾ ਜਿਹੜੀ ਹੁਣ ਜਮਾਂਦਰੂ ਹੀ ਆ ਸ਼ੁਰੂ ਤੋਂ ਉਹਨੂੰ ਕਿਵੇਂ ਕੋਈ ਚੇਂਜ ਕਰਦਾ ਜਿਵੇਂ ਜਿਵੇਂ ਜਿਹੜੀ ਇਹਦੀ ਪੰਚ ਲਾਈਨ ਹੈ ਉਹ ਚ ਗੱਲ ਇਹ ਕਹੀ ਗਈ ਹੈ ਰਹਿੰਦੀਆਂ ਸਹੇਲੀਆਂ ਵੀ ਡਰ ਡਰ ਕੇ ਕੁੜੀ ਵੈਲੀ ਨਾਲ ਹਾਂ ਵੈਲੀ ਨਾਲ ਮੰਗੀ ਹੋਈ ਕੀ ਹੈ ਨਾ ਉਹ ਅੜਬ ਸੁਭਾਅ ਦਾ ਆ ਵੈਲੀ ਟਾਈਪ ਆ ਵੈਲੀ ਦੀ ਡੈਫੀਨੇਸ਼ਨ ਦੱਸਿਓ ਮੈਨੂੰ ਹਾਂ ਉਹ ਮੇਰੇ ਹਿਸਾਬ ਨਾਲ ਇਹ ਨਹੀਂ ਕਿ ਉਸ ਚੀਜ਼ ਨੂੰ ਤੁਸੀਂ ਗਲਤ ਲੈ ਜਾਓ ਕਿ ਉਹ ਤਾਂ ਵੈਲੀ ਆ ਗੁੰਡਾ ਨਹੀਂ ਉਹ ਨਹੀਂ ਉਹਦਾ ਸੁਭਾਅ ਕਿੱਦਾਂ ਦਾ ਆ ਨਾ ਕਿ ਉਹ ਅੜਬ ਜੇ ਸੁਭਾਅ ਦਾ ਆ ਹੁੰਦਾ ਨਹੀਂ ਕਿ ਜਿੱਥੇ ਗਰਾਰੀ ਫਸਾਲੀ ਤੇ ਫਸਾਲੀ ਜੱਟਨੇ ਕਿ ਹਾਂ ਆਹ ਕੰਮ ਕਰਨਾ ਤੇ ਕਰਨਾ ਨਹੀਂ ਕਰਨਾ ਤੇ ਨਹੀਂ ਕਰਨਾ ਲਾਈਕ ਉਹ ਵਾਲੀਆਂ ਚੀਜ਼ਾਂ ਕਿ ਉਹ ਇੱਦਾਂ ਦੇ ਸੁਭਾਅ ਦਾ ਆ ਹਨਾ ਕਿ ਡਰ ਕੇ ਜਦੋਂ ਕੁੜੀ ਡਰ ਕੇ ਰਹਿੰਦੀ ਕਿ ਹੈ ਨਾ ਉਹ ਵੈਲੀ ਜਾ ਕਿਤੇ ਹੈ ਨਾ ਕਿਤੇ ਪੰਗਾ ਹੀ ਨਾ ਪਾ ਲਏ ਕਿਸੇ ਜਗ੍ਹਾ ਤੇ ਤਾਂ ਉਹਦੀਆਂ ਸਹੇਲੀਆਂ ਵੀ ਡਰਦੀਆਂ ਨੇ ਕਿ ਯਾਰ ਅਸੀਂ ਨਹੀਂ ਮਿਲਣਾ ਅਸੀਂ ਨਹੀਂ ਗੱਲ ਕਰਨੀ ਤੇਰਾ ਤਾਂ ਇੰਨਾ ਡਰ ਲੱਗਦਾ ਉਹ ਵੈਲੀ ਜੇ ਆਇਆ ਹੈ ਨਾ ਲਾਈਕ ਉਹ ਚੀਜ਼ ਸਾਰੀ ਹੈ ਨਾ ਇਹ ਨੈਚੁਰਲ ਗੱਲ ਆ ਇਹ ਹੁੰਦੀਆਂ ਨੇ ਇਹ ਗੱਲਾਂ ਮੇਰੇ ਹਿਸਾਬ ਨਾਲ ਤਾਂ ਨੋਰਮਲ ਨੇ ਤੇ ਕੌਰਬੀ ਜਦੋਂ ਤੁਸੀਂ ਕਈ ਵਾਰੀ ਦੇਖੋ ਆਰਟਿਸਟ ਨੂੰ ਕਦੋਂ ਕੋਈ ਗਾਣ ਲਈ ਕਿੱਥੇ ਬੁਲਾ ਲਏ ਆਰਟਿਸਟ ਨੂੰ ਤਾਂ ਜਾਣਾ ਹੈ ਤੁਹਾਡਾ ਤਾਂ ਥੋੜਾ ਆਪਣਾ ਹੁਨਰ ਹੈ ਤੁਸੀਂ ਆਪਣਾ ਜਾ ਕੇ ਸਟੇਜ ਤੇ ਪਰਫਾਰਮ ਕਰਨਾ ਹੁੰਦਾ ਹਾਂਜੀ ਕਈ ਵਾਰੀ ਕੀ ਹੁੰਦਾ ਕਿ ਪੰਜਾਬ ਤੋਂ ਬਾਹਰ ਜਦੋਂ ਤੁਹਾਨੂੰ ਕਦੇ ਬੁਲਾਇਆ ਜਾਂਦਾ ਕਿਸੇ ਹੋਰ ਸਟੇਟ ਦੇ ਵਿੱਚ ਕੀ ਕੌਰਬੀ ਇਹੀ ਮਾਈਂਡ ਦੇ ਵਿੱਚ ਚੱਲਦਾ ਕਿ ਯਾਰ ਇਹ ਫੈਮਿਲੀ ਨੇ ਤਾਂ ਮੈਨੂੰ ਬੁਲਾ ਲਿਆ ਕਿਉਂ ਕਿਉਂਕਿ ਇਹ ਫੈਮਿਲੀ ਨੂੰ ਪੰਜਾਬੀ ਆਉਂਦੀ ਹੈ ਪੰਜਾਬੀਅਤ ਨਾਲ ਜੁੜੇ ਹੈ ਪਰ ਕੌਰਬੀ ਉੱਥੇ ਜਾ ਕੇ ਇਹ ਫੀਲ ਕਰਦੀ ਹੈ ਯਾਰ ਇੱਥੇ ਤਾਂ ਦੂਜੇ ਵੀ ਲੋਕ ਹੈਗੇ ਯਾਨੀ ਕਿ ਜਿਹੜੇ ਪੰਜਾਬੀ ਨੂੰ ਬਹੁਤਾ ਨਹੀਂ ਜਾਣਦੇ ਪਰ ਇਹ ਫੈਮਿਲੀ ਪੰਜਾਬੀ ਨੂੰ ਜਾਣਦੀ ਹੈ ਫਿਰ ਉੱਥੇ ਜਾ ਕੇ ਤੁਸੀਂ ਆਪਣੇ ਗਾਣਿਆਂ ਦੀ ਥੋੜ੍ਹੀ ਚੋਇਸ ਥੋੜ੍ਹਾ ਜਿਹਾ ਕੁਝ ਵੱਖਰਾਪਣ ਕਰਦੇ ਹੋ ਕਿ ਯਾਰ ਮੈਂ ਇੰਨੇ ਠੇਠ ਪੰਜਾਬੀ ਨਾ ਚੱਕਾ ਜਿਹਦੇ ਕਿ ਇੱਦਾਂ ਦਾ ਕਦੀ ਹੋਇਆ ਕਦੀ ਮਤਲਬ ਤੁਸੀਂ ਜਿਹੜੀ ਵੀ ਗੱਲ ਕਰਦੇ ਨਾ ਮੇਰੇ ਐਵੇਂ ਮਾਇੰਡ 'ਚ ਆਉਂਦੀ ਹੈ ਨਾ ਕਿ ਤੁਹਾਨੂੰ ਮਤਲਬ ਤੁਸੀਂ ਉਹ ਗੱਲਾਂ ਚੱਕ ਰਹੇ ਹੁੰਦੀਆਂ ਹਾਂ ਮੇਰਾ ਨਾ ਬੋਂਬੇ ਪਹਿਲੀ ਵਾਰ ਸ਼ੋਅ ਸੀ ਹੈ ਨਾ ਮੈਨੂੰ ਲੱਗਿਆ ਕਿ ਹਿੰਦੀ ਹੁੰਦੀ ਸਾਰੇ ਗਾਉਂਦੇ ਹੋਣਗੇ ਨਾ ਤਾਂ ਮੈਂ ਸੋਚਿਆ ਕਿ ਮੈਂ ਹਿੰਦੀ ਗਾਣੇ ਜ਼ਿਆਦਾ ਗਾਊਂਗੀ ਲਾਈਕ ਮੇਰੇ ਆਪਣੇ ਵੀ ਜਿਹੜੇ ਸੀਗੇ ਉਹ ਵੀ ਤਾਂ ਮੈਂ ਵੈਸੇ ਵੀ ਹਿੰਦੀ ਹੈ ਨਾ ਸੁਣਦੀ ਰਹੀ ਕਾਫੀ ਕਿ ਇੱਦਾਂ ਦਾ ਗਾਣਾ ਗਾ ਸਕਦੇ ਇੱਦਾਂ ਦਾ ਅਤੇ ਆਪਣੇ ਗਾਣੇ ਤਾਂ ਮੈਂ ਗਾਏ ਗਾਏ ਜੋ ਮੈਂ ਹਿੰਦੀ ਗਾਣਾ ਗਾਉਣ ਲੱਗੀ ਮੈਂ ਗਾਇਆ ਉਹਨਾਂ ਨੇ ਸੁਣਿਆ ਵੀ ਇੰਜੋਏ ਵੀ ਕੀਤਾ ਬਟ ਸਪੈਸ਼ਲੀ ਮੈਨੂੰ ਸਾਰਿਆਂ ਨੇ ਕਿਹਾ ਕਿ ਨਹੀਂ ਪੰਜਾਬੀ ਗਾਓ ਹੈ ਨਾ ਅਤੇ ਮਤਲਬ ਉਹਨਾਂ ਦਾ ਸੀਗਾ ਮੇਰਾ ਜਿੱਦਾਂ ਅਸੀਂ ਮੇਰੇ ਬਿਲਕੁਲ ਠੇਠ ਗਾਣੇ ਨੇ ਹੈ ਨਾ ਮੇਰੀ ਐਲਬਮ ਵਿੱਚ ਸੀਗੇ ਸਾਰੇ ਲੋਕ ਤੱਤ ਸੀਗੇ ਹੈ ਨਾ ਲਾਈਕ ਉੱਦਾਂ ਦੇ ਗਾਣੇ ਜਿਹੜੇ ਜਮ੍ਹਾਂ ਹੀ ਠੇਠ ਨੇ ਹੈ ਨਾ ਤਾਂ ਉਹ ਗਾਣੇ ਮੈਂ ਤੇਰੀ ਵੇਟ ਹੈ ਨਾ ਹੋ ਗਿਆ ਤਾਂ ਕਿੰਨੇ ਸਾਰੇ ਮੇਰੇ ਐਵੇਂ ਦੇ ਗਾਣੇ ਤੇਰੇ ਅਰਜਨ ਵੈਲੀ ਦੀ ਟੇਪ ਮੇਰੇ ਪਿੰਡ ਦੀ ਅੱਖ ਵਿੱਚ ਰੜਕੇ ਸੋ ਇੱਦਾਂ ਦੀਆਂ ਲਾਈਨਾਂ ਉਹ ਮੈਨੂੰ ਬੋਲ ਬੋਲ ਕੇ ਕਹਿਣ ਉਹ ਗਾਣਾ ਗਾਓ ਮੈਂ ਸੋਚਿਆ ਅੱਛਾ ਮਤਲਬ ਮੈਂ ਆਪ ਉਹ ਗਾਣੇ ਇੰਨੇ ਨਹੀਂ ਸੁਣੇ ਕਈ ਗਾਣਿਆਂ ਦੀ ਵੀਡੀਓਜ਼ ਨਹੀਂ ਆਪਾਂ ਕਰ ਪਾਉਂਦੇ ਨਾ ਤਾਂ ਉਹ ਗਾਣੇ ਵੀ ਸੁਣੇ ਸਾਰਿਆਂ ਨੇ ਉਹ ਵੀ ਕਿਹਾ ਤਾਂ ਫਿਰ ਮੈਨੂੰ ਲੱਗਦਾ ਕਿ ਜੋ ਚੀਜ਼ ਅਸੀਂ ਕਰ ਰਹੇ ਹਾਂ ਨਾ ਜਿਸ ਚੀਜ਼ ਵਿੱਚ ਅਸੀਂ ਪਰਫੈਕਟ ਹਾਂ ਕਿਸੇ ਨੇ ਉਹਨਾਂ ਨੇ ਸਾਨੂੰ ਬੁਲਾਇਆ ਹੀ ਤਾਂ ਆ ਕਿ ਉਹਨਾਂ ਨੂੰ ਸਾਡੀ ਉਹ ਚੀਜ਼ ਪਸੰਦ ਆ ਨਾ ਫਿਰ ਮੈਂ ਸੋਚਿਆ ਮੈਂ ਕਿਹਾ ਪਹਿਲਾਂ ਆਪਣਾ ਹੀ ਜੋ ਆਇਆ ਆ ਜੋ ਸੁਣਦੇ ਆ ਸਾਰੇ ਪਹਿਲਾਂ ਆਪਣੇ ਗਾਣੇ ਗਾਓ ਬਾਕੀ ਗੱਲਾਂ ਬਾਅਦ 'ਚ ਨਾ ਤਾਂ ਫਿਰ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਆਪਣੇ ਸਾਰੇ ਠੇਠ ਗਾਣੇ ਉੱਥੇ ਗਾਏ ਪੰਜਾਬੀ ਤਾਂ ਸਾਰਿਆਂ ਨੇ ਖੂਬ ਭੰਗੜਾ ਪਾਇਆ ਇੰਜੋਏ ਕੀਤਾ ਗੱਲ ਵੀ ਹਾਂ ਔਰ ਇੱਕ ਗੱਲ ਹੋਰ ਹੁੰਦੀ ਹੈ ਕੌਰਬੀ ਜਦੋਂ ਨਾ ਜਦੋਂ ਹੁਣ ਆਪਾਂ ਕਿਸੇ ਬੰਦੇ ਨੂੰ ਬੜੀ ਬੜੀ ਫਲੂਐਂਟਲੀ ਇੰਗਲਿਸ਼ ਬੋਲਦੇ ਦੇਖੀਏ ਆਪਾਂ ਨੂੰ ਇਹ ਲੱਗਦਾ ਹੁੰਦਾ ਯਾਰ ਬੰਦਾ ਯਾਰ ਵਾਕਈ ਯਾਰ ਬੜਾ ਐਕਸੈਂਟ ਯੂਜ਼ ਕਰ ਰਹੀ ਹੈ ਇੱਦਾਂ ਵਦਾ ਆਪਾਂ ਕਿਸੇ ਹੋਰ ਤਾਮਿਲ ਵਾਲੇ ਬੰਦੇ ਨੂੰ ਕੋਈ ਸਟੇਜ 'ਤੇ ਪਰਫੋਰਮ ਕਰਦੇ ਦੇਖੀਏ ਚਾਹੇ ਆਪਾਂ ਨੂੰ ਲੈਂਗੁਏਜ ਸਮਝ ਨਹੀਂ ਆ ਰਹੀ ਪਰ ਆਪਾਂ ਨੂੰ ਉਹਦੇ ਐਕਸਪ੍ਰੈਸ਼ਨ ਉਹਦਾ ਐਕਸਪ੍ਰੈਸ਼ਨ ਫੀਲ ਬੀਟ ਹਾਂ ਵਧੀਆ ਗਾ ਰਿਹਾ ਹੈ ਨਾ ਤੇ ਬਹੁਤ ਜਣੇ ਐਦਾਂ ਵੀ ਹੁੰਦੇ ਹੋਣਗੇ ਜਿਹੜੇ ਕੌਰਬੀ ਚਾਹੇ ਪੰਜਾਬੀ ਸਮਝਦੇ ਨਹੀਂ ਸਮਝ ਨਾ ਆਉਂਦੀ ਹੋਵੇ ਕੌਰਬੀ ਦੀ ਪ੍ਰੈਜ਼ੈਂਸ ਨਾਲ ਦੱਸਦੇ ਕੁੜੀ ਭਾਈ ਵਧੀਆ ਗਾਉਂਦੀ ਹੈ ਕੁੜੀ ਵਧੀਆ ਗਾਉਂਦੀ ਹੈ ਅੱਛਾ ਥੈਂਕ ਯੂ ਬਣਦਾ ਰਹਿੰਦਾ ਹੁੰਦਾ ਕਿਉਂ ਕਿਉਂਕਿ ਤੁਹਾਡੇ ਐਕਸਪ੍ਰੈਸ਼ਨ ਹਾਂਜੀ ਹੁੰਦਾ ਕਈ ਵਾਰੀ ਹੁਣ ਜਿੱਦਾਂ ਆਪਾਂ ਬਾਹਰ ਸ਼ੋਅ ਕਰਦੇ ਬਾਹਰ ਜ਼ਰੂਰੀ ਨਹੀਂ ਬਾਹਰ ਇੱਥੇ ਵੀ ਕਈ ਫੈਮਿਲੀਜ਼ ਜਿਹੜੇ ਬਾਹਰੋਂ ਆ ਕੇ ਸ਼ੋਅਜ਼ ਕਰਦੇ ਨੇ ਜਿਨ੍ਹਾਂ ਦੇ ਗੋਰੇ ਵੀ ਫਰੈਂਡਸ ਨੇ ਹੈ ਨਾ ਅਤੇ ਮਤਲਬ ਸਾਰੇ ਹਰ ਤਰ੍ਹਾਂ ਦੇ ਫਰੈਂਡਸ ਨੇ ਨਾ ਅਤੇ ਉਹ ਮੈਂ ਇੱਥੇ ਵੀ ਦੇਖੇ ਬਹੁਤ ਸਾਰੇ ਗੋਰੇ ਗੋਰੀਆਂ ਕਿਸੇ ਕਈਆਂ ਦੇ ਵਿਆਹਾਂ 'ਚ ਨਾ ਕਈ ਇੱਕ ਦੋ ਵਾਰੀ ਇੱਦਾਂ ਲਾਸਟ ਥੋੜ੍ਹੇ ਟਾਈਮ ਦੀ ਪਹਿਲਾਂ ਦੀ ਗੱਲ ਆ ਇੰਗਲੈਂਡ ਤੋਂ ਕੋਈ ਫੈਮਿਲੀ ਸੀ ਉਹਨਾਂ ਦਾ ਸ਼ੋਅ ਸੀ ਉੱਥੇ ਗੋਰੇ ਗੋਰੀਆਂ ਸੀਗੇ ਮਤਲਬ ਆਪਣਿਆਂ ਨਾਲੋਂ ਜ਼ਿਆਦਾ ਉਹ ਭੰਗੜਾ ਪਾ ਰਹੇ ਸੀ ਡਾਂਸ ਕਰ ਰਹੇ ਸੀ ਜਿੱਦਾਂ ਮੈਂ ਡਾਂਸ ਕਰਦੀ ਸੀ ਉੱਦਾਂ ਹੀ ਉਹ ਕੁੜੀ ਡਾਂਸ ਕਰਦੀ ਸੀ ਹੈ ਨਾ ਇਟ ਮੀਨਸ ਕਿ ਉਹ ਇੰਜੋਏ ਕਰਦੇ ਪਏ ਨੇ ਚਾਹੇ ਸਮਝ ਆਵੇ ਚਾਹੇ ਨਾ ਆਵੇ ਹੈ ਨਾ ਤਾਂ ਉਹਨਾਂ ਨੂੰ ਅੱਜ ਕੱਲ੍ਹ ਤਾਂ ਵੈਸੇ ਵੀ ਪੰਜਾਬੀ ਮਿਊਜ਼ਿਕ ਪੰਜਾਬੀ ਗਾਣੇ ਤੁਹਾਨੂੰ ਪਤਾ ਹਰ ਜਗ੍ਹਾ ਹੀ ਛਾਏ ਪਏ ਨੇ ਹੈ ਨਾ ਤਾਂ ਪੰਜਾਬੀ ਮਿਊਜ਼ਿਕ ਪੰਜਾਬੀ ਬੀਟ ਹੀ ਇੱਦਾਂ ਦੀ ਹੈ ਮੇਰੇ ਹਿਸਾਬ ਨਾਲ ਬੰਦਾ ਨਹੀਂ ਰਹਿ ਸਕਦਾ ਪੈਰ ਚੱਕੀਵੇਂ ਨਾ ਤੁਹਾਡੀਆਂ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੇ ਤੁਹਾਡੇ ਫੈਨ ਨਹੀਂ ਜਾਣਦੇ ਪਰ ਗੱਲ ਹੈਗੀ ਦਿਲ ਦੀ ਕਿ ਵੀ ਤੁਸੀਂ ਦਿਲੋਂ ਉਹਦਾ ਕੀ ਕਹੋਗੇ ਜਵਾਬ ਦੇਖੋ ਕੌਰਬੀ ਜਦੋਂ
ਕੌਰ ਵੀ ਪਹਿਲਾਂ ਬਾਜ਼ਾਰ 'ਚ ਜਾਂਦੀ ਹੁੰਦੀ ਸੀ ਸ਼ੋਪਿੰਗ ਕਰਨ, ਉਦੋਂ ਤਾਂ ਆਪਾਂ ਨਾ ਬਾਰਗੇਨਿੰਗ ਕਰਦੇ ਹੁੰਦੇ ਸੀ ਮੋਲ ਭਾਵ, ਲੈ ਤੂੰ 50 ਦੀ ਲਾਂਦਾ, ਬਾਕੀ ਤਾਂ ਮਾਰਕੀਟ 40 ਦੀ ਦਿੰਦਾ ਉਹ, ਹੈ ਨਾ ਇੱਦਾਂ। ਅਤੇ ਜਦੋਂ ਕੌਰ ਹੁਣ ਜਾਂਦੀ ਹੈ ਸ਼ੋਪਿੰਗ ਕਰਨ, ਕੌਰ ਵੀ ਨੂੰ ਇਹ ਰਹਿੰਦਾ ਯਾਰ ਮੈਂ ਨਾ ਬਹੁਤੀ ਬਾਰਗੇਨਿੰਗ ਮੇਰੇ ਤੋਂ ਹੋਣੀ ਨਹੀਂ ਹੈਗੀ, ਜਾਂ ਫਿਰ ਉਦੋਂ ਕੌਰ ਵੀ ਕਿਸੇ ਨੂੰ ਭੇਜਦੀ ਹੈ, ਜਾਂ ਕੌਰ ਵੀ ਨੂੰ ਲੱਗਦਾ ਮੈਂ ਬਾਰਗੇਨਿੰਗ ਕਰਨੀ ਨਹੀਂ ਹੈ। ਪਹਿਲੀ ਗੱਲ ਪ੍ਰਿੰਟ ਰੇਟ ਮੈਂ ਵੀ ਚੱਕ ਲੈਣਾ, ਪਹਿਲੀ ਗੱਲ ਤਾਂ ਜਾ ਹੀ ਨਹੀਂ ਹੁੰਦਾ, ਹੈ ਨਾ ਔਖਾ ਹੋ ਜਾਂਦਾ। ਅਤੇ ਪਰ ਮੈਂ ਕਦੀ ਪਹਿਲਾਂ ਵੀ ਆਹ ਨਹੀਂ ਕੀਤਾ ਸੀ, ਹੈ ਨਾ। ਵੈਸੇ ਨੋਰਮਲ ਗੱਲ ਹੈ, ਕੋਈ ਵੱਡੀ ਗੱਲ ਨਹੀਂ, ਆਪਣੀਆਂ ਫੈਮਿਲੀਆਂ ਹੁੰਦਾ, ਆਪਣੀ ਮੰਮੀ ਹੁਣੀ ਕਰ ਪੈਂਦੀਆਂ, ਛੱਡ ਕੇ ਤੁਰ ਜਾਂਦੀਆਂ ਨੇ, ਨਹੀਂ ਆਹ ਅਸੀਂ ਲੈਣਾ ਹੀ ਨਹੀਂ। ਅਤੇ ਇਹ ਮਤਲਬ ਨੋਰਮਲ ਗੱਲਾਂ ਨੇ, ਸਾਹਮਣੇ ਵਾਲਾ ਮਹਿੰਗਾ ਲਾਂਦਾ ਵੀ ਹੁੰਦਾ। ਹਾਂ ਹਾਂਜੀ, ਕਰੋਨਾ ਉਹਦਾ ਕਰਦਾ ਵੀ ਨਹੀਂ ਹੈ। ਹੁਣ ਕਈ ਵਾਰੀ ਵੇਖ ਕੇ ਹੀ ਮਹਿੰਗਾ ਕਰ ਦਿੰਦੇ ਨੇ ਨਾ, ਅਤੇ ਉਹ ਫਿਰ ਮੰਮੀ ਹੁਣ ਕਹਿੰਦੇ ਤੂੰ ਰਹਿ ਹੋਏ ਤੈਨੂੰ ਨਾਲ ਖੜਨਾ, ਜਿਹੜੀ ਚੀਜ਼ ਸਹੀ ਸਸਤੀ ਆਉਣੀ ਉਹ ਤਾਂ ਡਬਲ ਆਊਗੀ, ਮਹਿੰਗੀ ਆਊਗੀ ਨਾ। ਪਰ ਮੈਂ ਨਹੀਂ ਕਰ ਸਕਦੀ, ਇਹ ਮੇਰੀ ਬੜੀ ਪ੍ਰੋਬਲਮ ਹੈ, ਮੈਂ ਕਿਸੇ ਨਾਲ ਨਹੀਂ ਰੌਲਾ ਪਾ ਸਕਦੀ। ਮੈਨੂੰ ਇੱਦਾਂ, ਮੇਰੀ ਨੂੰ ਜਿਹੜੀ ਚੀਜ਼ ਪਸੰਦ ਆ ਉਹ ਮੈਂ ਲੈਣੀ ਲੈਣੀ ਆ, ਚਾਹੇ ਉਹ ਮਹਿੰਗੀ ਚਾਹੇ ਉਹ ਸਸਤੀ। ਕੌਰ ਵੀ ਉਸੇ ਟਾਈਮ ਜੋ ਪ੍ਰਿੰਟ ਰੇਟ ਲਿਖਿਆ ਹੁੰਦਾ ਜੋ ਉਹਨਾਂ ਨੇ ਕਹਿ ਤਾ ਬਸ ਉਹੀ ਹੈ। ਹਾਂ ਲੈ ਲਈਦਾ ਉਹਦੇ ਲਈ ਮੈਂ ਦੇਖ ਆਈ ਹੁਣ ਨਾ, ਇੱਦਾਂ ਕਦੇ ਨਹੀਂ ਹੁੰਦਾ। ਜਿਹੜੀ ਚੀਜ਼ ਮੈਨੂੰ ਪਸੰਦ ਆ ਉਹ ਚਾਹੇ ਸਸਤੀ ਆ ਚਾਹੇ ਮਹਿੰਗੀ, ਉਹ ਮੈਂ ਲੈ ਲੈਣੀ, ਉਹ ਭਾਵੇਂ ਰੇਹੜੀ 'ਤੇ ਪਈ ਹੈ, ਉਹ ਭਾਵੇਂ ਕਿਸੇ ਸ਼ੋਰੂਮ 'ਚ ਪਈ ਹੈ, ਉਹ ਮੈਂ ਲੈਣੀ ਹੈ ਨਾ। ਤਾਂ ਜੇ ਮੇਰੇ 'ਤੇ ਨਹੀਂ ਯਕੀਨ ਮੇਰਾ ਭਰਾ ਨਾਲ ਆ, ਤੁਸੀਂ ਪੁੱਛ ਸਕਦੇ ਹੋ, ਉਹ ਇੰਨਾ ਵਿਚਾਰਾ ਦੁਖੀ ਹੁੰਦਾ ਨਾ ਕਿ ਉਹ ਕਹਿੰਦਾ ਇੱਕ ਵਾਰੀ ਕੋਈ ਵੀ ਚੀਜ਼ ਆ ਨਾ ਤੂੰ ਇੱਕ ਵਾਰੀ ਯੂਜ਼ ਕਰਨੀ ਹੁੰਦੀ ਹੈ, ਚੱਲ ਮੇਰੇ ਭਾਈ ਐਵੇਂ ਪੈਸੇ ਮੇਰੇ ਖਰਚਾਉਂਦੀ ਹੈ, ਇੱਦਾਂ ਹੁੰਦਾ ਜਿਹਨੂੰ ਖਰਚਣੇ ਪੈਂਦੇ ਨੇ ਉਹ ਵੀ ਨਾਲ। ਅੱਛਾ, ਆਪਾਂ ਨੇ ਇੱਕ ਵਾਰੀ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਘਰ ਦੇ ਕੰਮਾਂ ਬਾਰੇ, ਹੈ ਨਾ। ਮੈਂ ਨਾ ਉੱਥੇ ਇੱਕ ਚੀਜ਼ ਹੋਰ ਮੇਰੇ ਦਿਮਾਗ 'ਚ ਆਈ, ਦੇਖੋ ਤੁਸੀਂ ਘਰਦਿਆਂ ਦੇ ਤਾਂ ਹਮੇਸ਼ਾ ਲਾਡਲੇ ਹੀ ਰਹੋਗੇ, ਹਾਂਜੀ, ਅੱਜ ਵੀ ਪਹਿਲਾਂ ਵੀ ਲਾਡਲੇ ਸੀ, ਹੁਣ ਵੀ, ਚਾਹੇ ਅੱਜ ਤੋਂ 10 ਸਾਲ ਬਾਅਦ ਵੀ, ਠੀਕ ਆ। ਆਪਾਂ ਬੇਬੇ ਬਾਪੂ ਲਈ ਲਾਡਲੇ ਹਾਂ, ਪਰ ਬੇਬੇ ਬਾਪੂ ਦਾ ਇਹ ਕਹਿਣਾ ਕਦੋਂ ਹੁੰਦਾ ਕੌਰ ਵੀ ਨੂੰ ਤੂੰ ਨਾ ਪਹੁੰਚੀ ਬੜੀ ਰਿਹਾ ਕਰ, ਇਹ ਤਾਂ ਰੋਜ਼ ਦੀ ਗੱਲ ਹੈ, ਇਹ ਤਾਂ ਰੋਜ਼ ਵਾਲੀ ਗੱਲ ਹੈ, ਤਾਂ ਕੋਈ ਵੱਡੀ ਗੱਲ ਨਹੀਂ। ਅੱਛਾ, ਇਹ ਤਾਂ ਮੇਰੀ ਮਾਤਾ ਰੋਜ਼ ਹੀ ਕਿ ਹਾਂ ਫੋਨ ਨਹੀਂ ਛੱਡਦੇ ਸਾਰਾ ਦਿਨ, ਪਤਾ ਨਹੀਂ ਕੀ ਫੋਨ ਦੇ ਵਿੱਚ, ਹੈ ਨਾ। ਹੁਣ ਕਿਉਂਕਿ ਉਹਨਾਂ ਨੂੰ ਨਾ, ਉਹਨਾਂ ਨੂੰ ਸੋਸ਼ਲ ਨੈਟਵਰਕਿੰਗ ਬਾਰੇ ਇੰਨਾ ਨਹੀਂ ਨੋਲੇਜ ਹੈਗੀ, ਉਹੀ ਗੱਲ ਆ। ਫਿਰ ਮੈਂ ਕਹਿੰਦੀ ਰਹਿੰਦੀ ਹਾਂ ਮੰਮੀ ਸਾਰਾ ਕੰਮ ਤਾਂ ਫੋਨ 'ਤੇ ਹੀ ਆ, ਅੱਛਾ ਐਡੇ ਕਿਹੜੇ ਕੰਮ ਫੋਨ 'ਤੇ ਨੇ ਕਿ ਸਾਨੂੰ ਸੋਵੋ ਵੀ ਨਾ ਰਾਤ ਨੂੰ, ਹੈ ਨਾ। ਲਾਈਕ ਆਦਤ ਜੀ ਹੋ ਗਈ ਹੈ ਨਾ ਹੁਣ, ਆਪਾਂ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ, ਸਾਰੀਆਂ ਚੀਜ਼ਾਂ ਵੇਖਣੀਆਂ ਪੈਂਦੀਆਂ ਨੇ, ਅਤੇ ਸਾਰਾ ਕੁਛ ਆਪ ਮੈਂ ਦੇਖਦੀ ਹਾਂ, ਆਪ ਯੂਜ਼ ਕਰਦੀ ਹਾਂ ਨਾ। ਤਾਂ ਫਿਰ ਕਿਤੇ ਨਾ ਕਿਤੇ ਬਹੁਤ ਕੁਛ ਸਿੱਖਣ ਨੂੰ ਮਿਲਦਾ। ਕਈ ਵਾਰੀ ਕੋਈ ਜ਼ਰੂਰੀ ਨਹੀਂ ਆ ਕਿ ਉੱਥੇ ਸਾਨੂੰ ਲੋਕ ਰੋਂਗ ਬੋਲਦੇ ਆ, ਕਈ ਵਾਰੀ ਕੋਈ ਵਧੀਆ ਸਲਾਹ ਦੇ ਦਿੰਦਾ, ਹੈ ਨਾ। ਕਈ ਵਾਰੀ ਮੈਂ ਟਰਾਈ ਕਰਦੀ ਰਹਿੰਦੀ ਹਾਂ, ਮੋਸਟਲੀ ਹੋਰ ਜਗ੍ਹਾ 'ਤੇ ਨਹੀਂ ਕਰ ਪਾਉਂਦੀ, ਮੈਂ ਟਵਿੱਟਰ 'ਤੇ ਰਿਪਲਾਈ ਕਰ ਦਿੰਦੀ ਹਾਂ ਜਾਂ, ਹੈ ਨਾ, ਰੀਟਵੀਟ ਕਰ ਦਿੰਦੀ ਹਾਂ, ਤਾਂ ਕਈ ਵਾਰੀ ਕੁਛ ਵਧੀਆ ਹੀ ਪਤਾ ਚੱਲ ਜਾਂਦਾ। ਕਈ ਵਾਰੀ ਵੈਸੇ ਹੀ ਆਦਤ ਪਈ ਹੁੰਦੀ ਮੈਨੂੰ ਗਾਣੇ ਸੁਣਨ ਦੀ, ਬਹੁਤ ਆਦਤ, ਆਪਣੇ ਹੀ ਗਾਣੇ, ਹੈ ਨਾ। ਮੇਰੇ ਨਵੇਂ ਗਾਣੇ ਜਿਹੜੇ ਆਉਣ ਵਾਲੇ ਨੇ ਸਾਰੇ ਮੋਸਟਲੀ ਰੈਡੀ ਨੇ ਸਾਰੇ, ਹੈ ਨਾ। ਅਤੇ ਮੈਂ ਬਾਰ ਬਾਰ ਸੁਣਦੀ ਰਹਿੰਦੀ ਹਾਂ ਕਿ ਕਿੱਥੇ ਕੀ ਬੈਟਰ ਹੋ ਸਕਦਾ ਕਿਤੇ ਕੀ। ਮੇਰੇ ਮੰਮੀ ਕਹਿੰਦੇ ਕਿ ਮੇਰੇ ਭਰਾ ਵੀ ਤੰਗ ਆ ਜਾਂਦੇ ਨੇ, ਹੈ ਨਾ, ਕਿ ਬੱਸ ਕਰਿਆ ਕਰ, ਲੋਕਾਂ ਨੇ ਗਾਣਾ ਪਤਾ ਨਹੀਂ ਤੇਰਾ ਕਦੋਂ ਸੁਣਨਾ ਸੀ, ਪਹਿਲਾਂ ਪੱਕ ਜਾਣਾ ਸੁਣ ਸੁਣ ਕੇ। ਅਤੇ ਮੈਨੂੰ ਇੱਦਾਂ ਹੁੰਦਾ ਕਿ ਜ਼ਿਆਦਾ ਸੁਣਾਂ ਕਿ ਮੈਂ ਤਾਂ, ਮੈਨੂੰ ਉਹਦੇ 'ਚ ਕੀ ਚੀਜ਼ ਬੈਟਰ ਕਰ ਸਕਦੀ ਹਾਂ, ਕੀ ਚੀਜ਼ ਨਹੀਂ ਵਧੀਆ, ਉਹ ਮਤਲਬ ਮੈਂ ਤਾਂ ਕਰਕੇ ਜ਼ਿਆਦਾ ਸੁਣਦੀ ਰਹਿੰਦੀ ਹਾਂ। ਕੌਰਬੀ ਲਾਸਟ ਕਦੋਂ ਹੋਇਆ ਕਿ ਜਦੋਂ ਕੌਰਬੀ ਦੀ ਫੋਨ ਦੀ ਬੈਟਰੀ 0% ਹੋ ਗਈ ਸੀ? ਕਦੀ ਹੁੰਦੀ ਨਹੀਂ, ਚਾਰਜਰ ਨਾਲ ਹੀ ਹੁੰਦਾ ਨਹੀਂ, ਕਿਉਂਕਿ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਅਸੀਂ ਮਹੀਨੇ 'ਚ ਇੱਕ ਦੋ ਵਾਰੀ ਜੂਝ ਲੈਂਦੇ ਹਾਂ, 0% ਮੇਰੇ ਕੋਲ ਚਾਰਜਰ ਨਹੀਂ, ਟੈਨਸ਼ਨ ਪੈ ਜਾਂਦੀ ਬਹੁਤ। ਅਤੇ ਕੌਰਬੀ ਨੂੰ ਮੈਨੂੰ ਲੱਗਦਾ ਇਹੋ ਜਿਹਾ ਮੌਕਾ ਕਦੀ ਹੁੰਦਾ ਹੀ ਨਹੀਂ ਹੋਣਾ। ਤਾਂ ਭਰਾ ਨੂੰ ਕਿਹਾ ਹੁੰਦਾ ਨਾ ਵੀ ਇੱਕ ਤਾਂ ਬੈਂਕ ਪਾਵਰ ਬੈਂਕ ਰੱਖੀ ਕੋਲੇ, ਨਹੀਂ ਤਾਂ ਫੋਨ ਆਪਣੇ ਨਾਲ ਦੇ ਦੀ। ਸਹੀ ਗੱਲ ਹੈ, ਨਹੀਂ ਚਾਰਜਰ ਨਾਲ ਹੀ ਹੁੰਦੇ ਨੇ, ਨਹੀਂ ਹੋ ਵੀ ਜਾਂਦੀ ਕਈ ਵਾਰੀ, ਫਿਰ ਨਾਲ ਹੀ ਬਸ ਚਾਰਜਰ ਦੇ ਨੇੜੇ ਨੇੜੇ ਆ ਕੇ ਬਹਿ ਜਾਈਦਾ। ਨਾਈਸ ਨਾਈਸ, ਤਾਂ ਬਾਕੀ ਕੋਈ ਨੀ, ਚੱਲੀ ਜਾਂਦਾ ਪਾਵਰ ਬੈਂਕ ਨਾਲ। ਕਈ ਵਾਰੀ ਕੀ ਹੁੰਦਾ ਕਿ ਕੌਰਬੀ, ਜਦੋਂ ਹੁਣ ਆਪਾਂ ਤੁਹਾਡੇ ਮਿਊਜ਼ਿਕ ਸਫ਼ਰ ਦੇ ਬਾਰੇ ਵੀ ਗੱਲਾਂ ਕਰ ਰਹੇ ਹਾਂ, ਕਈ ਵਾਰੀ ਕੀ ਹੁੰਦਾ ਕਿ ਜਦੋਂ ਤੁਸੀਂ ਕਿਸੇ ਥਾਂ ਤੇ ਗਏ, ਜਿਵੇਂ ਆਪਾਂ ਕੋਈ ਵੀ ਅਲੱਗ ਅਲੱਗ ਮੌਕੇ ਹੁੰਦੇ ਆ, ਜਿਵੇਂ ਅੱਜ ਲੇਬਰ ਡੇ ਆ ਜਾਂ ਕੁਛ ਹੋਰ ਅਲੱਗ ਅਲੱਗ ਦਿਨ ਹੁੰਦੇ ਆ, ਔਰ ਤੁਸੀਂ ਕੋਈ ਸਟੇਜ ਤੇ ਚਲੇ ਗਏ ਔਰ ਉਹ ਸਟੇਜ ਦੇ ਉੱਤੇ ਉਸ ਅਰਾਊਂਡ ਗੱਲਾਂ ਹੋ ਰਹੀਆਂ, ਕੌਰਬੀ ਇਹ ਸੋਚਦੀ ਯਾਰ ਜੇ ਮੈਂ ਗਾਣਾ ਗਾਣਾ ਹੋਵੇ ਸਟੇਜ ਤੇ ਜਾ ਕੇ ਇਸ ਮੌਕੇ ਦੇ ਉੱਤੇ, ਯਾਰ ਮੇਰੇ ਕੋਈ ਗਾਣਾ ਨਹੀਂ ਹੈ, ਇਸ ਅਰਾਊਂਡ ਗਾਣਾ ਨਹੀਂ ਹੈ। ਤੇ ਕੌਰਬੀ ਕਦੀ ਇਹ ਚੀਜ਼ ਨੂੰ ਮਿਸ ਕੀਤਾ, ਮੇਰੇ ਕੋਲ ਨਾ ਸਪੈਸ਼ਲ ਇਹ ਚੀਜ਼ ਦੇ ਉੱਤੇ ਜਾਂ ਇਹ ਦਿਨ ਦੇ ਉੱਤੇ ਗਾਣਾ ਹੋਣਾ ਚਾਹੀਦਾ, ਫਿਰ ਕੌਰਬੀ ਨੇ ਤਿਆਰ ਕਰਵਾਇਆ ਹੋਵੇ? ਵੈਸੇ ਤਾਂ ਮੇਰੇ ਖਿਆਲ 'ਚ ਇੱਦਾਂ ਦਾ ਕੁਛ ਨਹੀਂ ਆ, ਲਾਈਕ ਜਿੱਦਾਂ ਦੇ ਮੇਰੇ ਸ਼ੋਜ਼ ਹੁੰਦੇ ਨੇ ਜਾਂ ਜਿੱਦਾਂ ਜਿੰਨੇ ਵੀ ਸਟੇਜਸ 'ਤੇ ਮੈਂ ਪਰਫੋਰਮੈਂਸ ਕੀਤਾ, ਤਾਂ ਉੱਦਾਂ ਦੇ ਗਾਣੇ ਮੈਂ ਗਾ ਚੁੱਕੀ ਹਾਂ ਸਾਰੇ, ਮੈਨੂੰ ਲੱਗਦਾ, ਹੈ ਨਾ। ਉਹ ਤਾਂ ਹੋ ਗਿਆ ਕਿ ਜਿਵੇਂ ਮੇਲੇ ਵਾਲੀਆਂ, ਹਾਂ ਉਸ ਸਟੇਜ ਨਹੀਂ ਮੈਂ ਕਹਿ ਰਿਹਾ, ਨਹੀਂ ਹਾਂ ਦੂਜੀਆਂ ਵੀ, ਚਾਹੇ ਵੈਡਿੰਗ ਹੁੰਦਾ, ਕਿਉਂਕਿ ਕੋਈ ਤੁਸੀਂ ਕਿਸੇ ਇੰਸਟੀਚਿਊਟ ਦੇ ਵਿੱਚ ਗਏ ਹੋ, ਹੁਣ ਇੰਸਟੀਚਿਊਟ ਦੇ ਵਿੱਚ ਤੁਹਾਨੂੰ ਲੱਗਦਾ ਕਿ ਯਾਰ ਬੜਾ
ਸਫਿਸਟੀਕੇਟਡ ਜਾਂ ਬੜਾ ਮੈਨਰਡ ਜਿਹਾ ਵਾਲਾ ਹੋਇਆ, ਮੈਂ ਇੱਥੇ ਨਾ ਬੜਾ ਕੋਈ ਅਲੱਗ ਜਿਹਾ। ਹਾਂ ਇੱਥੇ ਆ, ਇੱਥੇ ਮਤਲਬ ਇਹ ਚੀਜ਼ ਵਧੀਆ ਹੋ ਜਾਂਦੀ ਕਿ ਜਿੱਦਾਂ ਮੈਂ ਪਹਿਲਾਂ ਕੰਪੀਟੀਸ਼ਨਸ ਕੀਤੇ ਨੇ ਹੈ ਨਾ, ਪਹਿਲਾਂ ਆਪਣੇ ਸਕੂਲ ਕਾਲਜ 'ਚ ਗਾਣੇ ਗਾਏ ਹੋਏ ਨੇ, ਪੁਰਾਣੇ ਗਾਣੇ, ਕਈ ਵਾਰੀ ਹੁਣ ਇੱਦਾਂ ਹੋ ਜਾਂਦਾ ਕਿ ਆਪਣਾ ਗਾਣਾ ਨਾ ਵੀ ਆਪਾਂ ਸੋਚੀਏ ਨਾ ਕਿ ਇੱਥੇ ਆ ਗਾਣਾ ਮੈਂ ਨਹੀਂ ਗਾਊਂਗੀ, ਬਟ ਫਿਰ ਮੈਂ ਆਪਣੇ ਉਹ ਗਾਣੇ ਗਾ ਦਿੰਦੀ ਹਾਂ ਹੈ ਨਾ ਉਹਨਾਂ 'ਚ, ਕੋਈ ਕਿਉਂਕਿ ਉਸ ਟਾਈਮ ਆਪਾਂ ਹਰ ਇੱਕ ਤਰ੍ਹਾਂ ਦੀ ਚੀਜ਼ ਮਤਲਬ ਮੈਂ ਗਾਈ ਹੈ ਹੈ ਨਾ। ਹਾਂ ਮਿਰਜ਼ਾ ਵੀ ਗਾਇਆ, ਹਰ ਚੀਜ਼ ਗਾਈ ਹੈ, ਮਤਲਬ ਉੱਦਾਂ ਸੋਫਟ ਸੌਂਗ ਵੀ ਗਾਏ ਨੇ ਤਾਂ ਧੀਆਂ ਲਈ ਜਾਂ ਹਰ ਚੀਜ਼ ਮਤਲਬ ਗਾਈ ਹੈ, ਤਾਂ ਫਿਰ ਮੈਂ ਪੁਰਾਣੇ ਗਾਣੇ ਜ਼ਰੂਰ ਜਿੱਦਾਂ ਪੁਰਾਣੇ ਆਰਟਿਸਟਾਂ ਦੇ ਹੈ ਨਾ ਉਹ ਗਾ ਦਈਦੇ ਨੇ, ਕੋਈ ਜ਼ਰੂਰੀ ਨਹੀਂ ਕਿ ਆਪਣਾ ਹੀ ਗਾਣਾ ਆਪਾਂ ਗਾ ਨਹੀਂ ਸਕਦੇ ਕਿਸੇ ਨਾ, ਤਾਂ ਇੱਦਾਂ ਵੀ ਹੋ ਜਾਂਦਾ। ਬਾਕੀ ਮੇਰੇ ਨਾਲ ਕਦੀ ਇੱਦਾਂ ਨਹੀਂ ਹੋਇਆ ਕਿ ਮੈਂ ਆਪਣਾ ਗਾਣਾ ਨਹੀਂ ਗਾਇਆ, ਜੇ ਮੈਂ ਇਹ ਚੀਜ਼ ਸੋਚ ਲਵਾਂ ਕਿ ਮੈਂ ਆਹ ਨਹੀਂ ਗਾਣਾ ਉਹ ਗਾ ਦਿੰਦੀ ਹਾਂ ਤਾਂ ਅੱਗੇ ਮੈਨੂੰ ਸਾਰੇ ਕਹਿ ਦਿੰਦੇ ਨੇ ਕਿ ਨਹੀਂ ਉਹ ਗਾਣਾ ਸਾਨੂੰ ਸੁਣਾਓ, ਆਪਣਾ ਗਾਣਾ ਸੁਣਾਓ, ਤਾਂ ਫਿਰ ਵੀ ਗੱਲ ਹੈ, ਵਧੀਆ ਗੱਲ ਹੈ। ਹਾਂਜੀ ਕੌਰਵੀ ਲਾਸਟ ਫਿਲਮ ਕਿਹੜੀ ਦੇਖੀ? ਮੈਨੂੰ ਯਾਦ ਨਹੀਂ, ਹਿੰਦੀ ਮੂਵੀਜ਼ ਦੇਖਦੇ ਨਹੀਂ, ਤਾਂ ਰੋਜ਼ ਜਿਹੜੀਆਂ ਫਿਲਮਾਂ ਲੱਗੀਆਂ ਹੁੰਦੀਆਂ ਨੇ ਟੀਵੀ 'ਤੇ, ਟੀਵੀ ਵੈਸੇ ਘੱਟ ਵੇਖਦੀ ਹਾਂ, ਟੀਵੀ ਤਾਂ ਉਹੀ ਮੈਂ ਉਹੀ ਕਹਿਣ ਲੱਗਿਆ, ਟੀਵੀ 'ਤੇ ਤਾਂ ਇੰਨਾ ਮੌਕਾ ਹੀ ਨਹੀਂ ਮਿਲਦਾ। ਨਹੀਂ ਮੈਂ ਟੀਵੀ ਘੱਟ ਦੇਖਦੀ ਹਾਂ, ਮੈਂ ਵੈਸੇ ਵੀ ਘੱਟ ਹੀ ਦੇਖਦੀ ਹਾਂ ਫਿਲਮਾਂ ਜਾਂ ਟੀਵੀ। ਫਿਲਮ ਦੇਖੀ ਲਾਸਟ? ਮੈਨੂੰ ਇਹ ਵੀ ਨਹੀਂ ਯਾਦ, ਮੈਨੂੰ ਲੱਗਦਾ ਸਦੀਆਂ ਤਾਂ ਨਹੀਂ ਬੀਤੀਆਂ। ਨਹੀਂ ਬੀਤੇ, ਨਹੀਂ ਹੁਣੀ ਕਿਹੜੀ ਫਿਲਮ ਆਈ ਸੀਗੀ ਰਿਮਾਈਂਡ ਨਹੀਂ, ਕਿਹੜੀ ਫਿਲਮ ਦੇਖੀ? ਪਦਮਾਵਤੀ ਵੇਖੀ ਸੀ। ਹਾਂ ਸੱਚ, ਕਿਹੜੀ? ਪਦਮਾਵਤੀ। ਨਾਈਸ ਮੂਵੀ ਤੇ। ਹਾਂ ਬਹੁਤ ਵਧੀਆ ਸੀਗੀ। ਤੇ ਫਿਰ ਤੁਸੀਂ ਆਪਣੇ ਜਦੋਂ ਤੁਸੀਂ ਜਾਣਾ ਹੁੰਦਾ ਹੈ ਤੇ ਨਾਲ ਬ੍ਰਦਰ ਜਾਂਦੇ ਹੋ, ਤੇ ਫਿਰ ਤੁਸੀਂ ਸਪੈਸ਼ਲ ਟਾਈਮ ਦੇਖ ਕੇ ਜਾਂਦੇ ਹੋ ਯਾਰ? ਆਪਾਂ ਉਦੋਂ ਦਾ ਟਾਈਮ ਬੁੱਕ ਕਰੀ ਜਦੋਂ ਕੋਈ ਹੁੰਦਾ ਨਹੀਂ, ਬਹੁਤ ਜ਼ਿਆਦਾ ਨਾ ਹੋਣ। ਨਹੀਂ ਇੱਦਾਂ ਤਾਂ ਕੁਛ ਨਹੀਂ, ਤੇ ਆਪਾਂ ਚੱਲੇ ਹੀ ਜਾਈਦਾ, ਐਵੇਂ ਇੱਦਾਂ ਕੁਛ ਸੋਚ ਕੇ ਨਹੀਂ ਜਾਈਦਾ। ਇੱਥੇ ਵੈਸੇ ਮੈਂ ਘੱਟ ਹੀ ਦੇਖੀਆਂ ਨੇ, ਮੈਨੂੰ ਬੰਬੂ ਕਾਟ ਵੇਖੀ ਸੀ ਮੈਂ ਲਾਸਟ ਇਸ ਤੋਂ ਪਹਿਲਾਂ, ਉਦੋਂ ਬਾਹਰ ਦੇਖੀ ਸੀ, ਤਾਂ ਇੱਥੇ ਵੀ ਚੱਲੇ ਜਾਈਦਾ, ਕੀ ਹੋ ਜਾਂਦਾ ਉਹਦੇ 'ਚ, ਸਿਰਫ ਇੰਨਾ ਹੀ ਆ ਕਿ ਫੋਟੋਜ਼ ਖਿਚਾਉਣ ਨੂੰ ਕਹਿ ਦਿੰਦੇ ਸਾਰੇ, ਹੋਰ ਤਾਂ ਕੋਈ ਵੱਡੀ ਗੱਲ ਨਹੀਂ। ਮੈਨੂੰ ਨਹੀਂ ਲੱਗਦਾ ਸਾਰੇ ਸਮਝਦਾਰ ਨੇ, ਸਿਆਣੇ ਨੇ, ਕੋਈ ਨਹੀਂ ਤੰਗ ਕਰਦਾ, ਚੱਲੇ ਜਾਈਦਾ। ਅੱਜ ਦੇ ਦਿਨ ਨੂੰ ਤਾਂ ਕੌਰਵੀ ਤਰਸਦੀ ਰਹੀ ਹੈ ਕਿ ਵੀ ਆਬਵੀਅਸ ਹਰ ਕੋਈ ਤਰਸਦਾ ਕਿ ਯਾਰ ਮੇਰੀ ਪਹਿਚਾਣ ਬਣੇ। ਕੌਰਵੀ ਲਾਸਟ ਕਦੋਂ ਇਹ ਹੋਇਆ ਜਿੱਥੇ ਕੌਰਵੀ ਇਹ ਫੀਲ ਕੀਤਾ ਕਾਟ ਮੈਂ ਬਸ ਮੈਨੂੰ ਇੱਥੇ ਕੋਈ ਪਛਾਣੇ ਨਾ? ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਕਿਉਂਕਿ ਪਹਿਚਾਣ ਵਾਸਤੇ ਹੀ ਤੇ ਇੰਨੀ ਸਟਰਗਲ ਕੀਤੀ ਹੈ ਨਾ, ਇੰਨੀ ਮਿਹਨਤ ਕੀਤੀ, ਇੰਨੇ ਧੱਕੇ ਖਾਧੇ ਨੇ। ਉਦੋਂ ਦਿਲ ਕਰਦਾ ਹੁੰਦਾ ਸੀ ਕੋਈ ਸਾਡੇ ਨਾਲ ਫੋਟੋ ਕਰਾਵੇ, ਸਾਨੂੰ ਕੋਈ ਪਹਿਚਾਣੇ, ਤੇ ਅੱਜ ਆ ਚੀਜ਼ਾਂ ਹੁੰਦੀਆਂ ਨੇ। ਮੈਨੂੰ ਕਈ ਵਾਰੀ ਮੈਂ ਜਦੋਂ ਚਲੋ ਮੂਡ 'ਤੇ ਡਿਪੈਂਡ ਕਰਦਾ, ਜੇ ਕਈ ਵਾਰੀ ਖਿਜਿਆ ਦਾ ਮੂਡ ਵੀ ਹੋਵੇ ਇੱਦਾਂ ਹੁੰਦਾ ਕਿ ਯਾਰ ਹੈ ਨਾ ਹੁਣ ਇੱਦਾਂ ਨਾ ਹੋ ਜਾਏ ਹੈ ਨਾ, ਹੁਣ ਠੀਕ ਨਹੀਂ ਹੈ ਨਾ, ਬਟ ਬਹੁਤ ਜ਼ਿਆਦਾ ਖੁਸ਼ੀ ਵੀ ਹੁੰਦੀ ਹੈ। ਇੱਕ ਵਾਰੀ ਮੈਂ ਮਾਰਕੀਟ 'ਚ ਮੂੰਹ ਬੰਨ ਕੇ ਗਈ ਸੀ, ਮੈਂ ਸ਼ਾਇਦ ਪਹਿਲਾਂ ਵੀ ਪਤਾ ਨਹੀਂ ਦੱਸਿਆ ਸੀ, ਇੱਕ ਕੁੜੀ ਨੇ ਮੈਨੂੰ ਮੇਰੀ ਅੱਖਾਂ ਤੋਂ ਪਛਾਣ ਲਿਆ ਨਾ, ਮੇਰੇ ਪਿੱਛੇ ਭੱਜੀ ਆਈ, ਕਹਿੰਦੀ ਫੋਟੋ ਕਰਾਉਣੀ। ਮੈਂ ਕਿਹਾ ਤੁਹਾਨੂੰ ਕਿਸੇ ਪਤਾ ਲੱਗਿਆ? ਕਹਿੰਦੀ ਤੁਹਾਡੀਆਂ ਅੱਖਾਂ ਤੋਂ। ਕਹਿੰਦੀ ਮੂੰਹ ਖੋਲੋ, ਮਤਲਬ ਇੰਨੇ ਰੋਬ ਨਾਲ ਹੈ ਨਾ, ਲਾਈਕ ਇੰਨੇ ਹੱਕ ਜੇ ਨਾਲ ਤੁਸੀਂ ਫੇਸ ਖੋਲੋ। ਕਹਿੰਦੀ ਮੈਂ ਸੋਚਾਂ, ਮੈਂ ਕਿਹਾ ਯਾਰ ਹੈ ਨਾ ਇਹ ਕਿੱਦਾਂ, ਮਤਲਬ ਕਹਿੰਦੀ ਬਈ ਮੈਨੂੰ ਇੱਕਦਮ ਕਿ ਹਾਂ ਖੋਲੋ ਫੇਸ ਹੈ ਨਾ, ਤੇ ਮੈਂ ਗੁੱਸਾ ਨਹੀਂ ਕੀਤਾ, ਮੈਨੂੰ ਵਧੀਆ ਲੱਗਿਆ ਕਿ ਯਾਰ ਪਤਾ ਨਹੀਂ ਉਹ ਕਿੰਨੀ ਕੁ ਖੁਸ਼ ਆ ਹੈ ਨਾ, ਕਿੰਨੇ ਕੁ ਆਪਣੇਪਨ ਨਾਲ ਮੈਨੂੰ ਕਹਿੰਦੀ ਬਈ, ਫਿਰ ਫੋਟੋਜ਼ ਕਰਾਈਆਂ, ਪਰ ਮੈਨੂੰ ਵਧੀਆ ਲੱਗਾ ਉਹਨੇ ਜਦੋਂ ਮੈਨੂੰ ਇਹ ਕਿਹਾ ਕਿ ਮੈਂ ਤੁਹਾਨੂੰ ਤੁਹਾਡੀ ਅੱਖਾਂ ਤੋਂ ਪਹਿਚਾਣ ਲਿਆ। ਕੀ ਬਾਤ ਹੈ, ਵੈਰੀ ਨਾਈਸ। ਤੇ ਸੁਨੱਖੀ ਤੋਂ ਬਾਅਦ ਹੁਣ ਤੁਹਾਡਾ ਇਹ ਐਂਗੇਜਡ ਜੱਟੀ ਗਾਣਾ ਆਇਆ, ਹੁਣ ਇਸ ਤੋਂ ਬਾਅਦ ਵੀ ਅਗਲੇ ਗਾਣੇ ਦੀ ਕਤਾਰ ਹੈ, ਫਿਲਹਾਲ ਤਾਂ ਇਹ ਗਾਣੇ ਦਾ ਜਨੂੰਨ ਆਪਾਂ ਮੰਨ ਲਿਆ। ਹਾਂਜੀ, ਸੁਨੱਖੀ ਤੋਂ ਬਾਅਦ ਹੁਣੀ ਮੇਰੀਆਂ ਬੋਲੀਆਂ ਵੀ ਆਈਆਂ ਸੀਗੀਆਂ, ਬਟ ਮੈਂ ਖੁਦ ਜ਼ਿਆਦਾ ਪ੍ਰਮੋਟ ਨਹੀਂ ਕਰ ਪਾਈ ਕਿਉਂਕਿ ਉਹ ਸਾਲ ਡੇਢ ਸਾਲ ਪਹਿਲਾਂ ਮੈਂ ਗਾਈਆਂ ਹੋਈਆਂ ਸੀ, ਤਾਂ ਉਦੋਂ ਦਾ ਹੀ ਅਸੀਂ ਮੈਂ ਐਕਚੁਅਲ 'ਚ ਉਹ ਬਣਾਈਆਂ ਸੀਗੀਆਂ ਆਪਣੇ ਯੂਟਿਊਬ ਵੀਡੀਓ, ਆਪਣੇ ਯੂਟਿਊਬ ਅਕਾਊਂਟ ਲਈ। ਮੈਂ ਸੋਚਦੀ ਸੀ ਕਿ ਆਪਣੇ ਯੂਟਿਊਬ 'ਤੇ ਬਸ ਪਾ ਦੇਣੀਆਂ, ਉਹ ਵੈਸੇ ਹੀ ਗਾਈਆਂ ਸੀਗੀਆਂ ਕਿਸੇ ਨਿਊ ਈਅਰ ਦੇ ਸ਼ੋਅ 'ਤੇ ਗਾਉਣ ਲਈ, ਤਾਂ ਉਹ ਵਧੀਆ ਲੱਗੀਆਂ ਕਿਉਂਕਿ ਉਹ ਆਪਣੀਆਂ ਉਹੀ ਪਿੰਡਾਂ ਵਾਲੀਆਂ ਗੱਲਾਂ, ਗਿੱਧੇ ਭੰਗੜੇ ਬੋਲਿਆਂ, ਤਾਂ ਮੈਨੂੰ ਸੀਗਾ ਕਿ ਚਲੋ ਜਦੀ ਕਦੀ ਗਿੱਧਾ ਵੀ ਪਵੇ ਜਾਂ ਕੁਛ ਉੱਦਾਂ ਦਾ ਮਾਹੌਲ ਹੋਵੇ ਤਾਂ ਸਾਰੇ ਸੁਣਨ, ਹੈ ਨਾ। ਤਾਂ ਉਹ ਬਾਅਦ 'ਚ ਵੀਡੀਓ ਕਰ ਲਈ, ਫਿਰ ਆਪਣੀ ਚਲੋ ਵਧੀਆ ਟੀਮ ਹੈ ਸਪੀਡ ਤੋਂ, ਫਿਰ ਉਹ ਆਈਆਂ ਸੀਗੀਆਂ ਬੋਲੀਆਂ, ਤਾਂ ਵਧੀਆ ਸੀ। ਸਾਰਿਆਂ ਨੇ ਬਹੁਤ ਸਾਰੇ ਵੀਡੀਓਜ਼ ਭੇਜੇ, ਬਹੁਤ ਪਿਆਰ ਕੀਤਾ, ਬਟ ਮੈਂ ਜ਼ਿਆਦਾ ਪ੍ਰਮੋਟ ਨਹੀਂ ਕਰ ਪਾਈ ਕਿਉਂਕਿ ਮੈਂ ਗਾਣਿਆਂ ਵਿੱਚ ਬਿਜ਼ੀ ਸੀ, ਅਤੇ ਹੁਣ ਫਿਰ ਇਹ ਗਾਣਾ ਆਪਣਾ ਆ ਰਿਹਾ। ਚਲੋ ਕਾਫੀ ਟਾਈਮ ਹੋ ਗਿਆ, ਤੁਸੀਂ ਪਿਛਲੀ ਵਾਰੀ ਵੀ ਗੱਲ ਕਰਦੇ ਸੀਗੇ ਕਿ ਗਾਣਾ ਕਿੰਨੀ ਛੇਤੀ ਮਤਲਬ, ਹੈ ਨਾ, ਪਰ ਮੇਰੇ ਤੁਸੀਂ ਵੇਖ ਲਓ ਫਿਰ 6-7 ਮਹੀਨੇ ਪੈ ਗਏ ਉਹੀ, ਹੈ ਨਾ। ਹਾਂ ਉਦੋਂ ਤੋਂ ਲੱਗੇ ਹੋਏ ਆ ਕਿ ਕੁਛ ਕਰੀਏ ਕਰੀਏ, ਗਾਣਾ ਕਿੱਦਾਂ ਦਾ ਕਰੀਏ, ਵਧੀਆ ਕਰੀਏ, ਇੱਦਾਂ ਦਾ ਹੋਵੇ ਉੱਦਾਂ ਦਾ ਹੋਵੇ, ਤੁਸੀਂ ਦੇਖ ਲਓ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਮੇਰੇ ਧੱਕੇ ਨਾਲ ਹੀ ਇੰਨਾ ਟਾਈਮ ਹੋ ਜਾਂਦਾ, ਤਾਂ ਹੁਣ ਦੇਖ ਲਓ ਛੇ, ਉਦੋਂ ਵੀ ਆਈ ਥਿੰਕ 6-7 ਮਹੀਨੇ ਹੋ ਗਏ ਸੀਗੇ ਕਣੀਆਂ ਗਾਣੇ ਤੋਂ ਬਾਅਦ, ਤੇ ਹੁਣ ਸੁਨੱਖੀ ਤੋਂ ਬਾਅਦ ਚਾਹੇ ਮਟੀਰੀਅਲ ਪਿਆ ਹੈ, ਗੱਲ ਉਹੀ ਹੈ ਨਾ, ਗੱਲ ਉਹੀ ਹੈ ਜਿੱਦਾਂ
ਜਦੋਂ ਸੁਨੱਖੀ ਗਾਣਾ ਆਪਾਂ ਕੀਤਾ ਸੀ, 2-4-5 ਮਹੀਨੇ ਵੀ ਲੰਘ ਗਏ ਤਾਂ ਮੈਂ ਤਾਂ ਠੰਡੀ ਰਹੀ, ਮੈਂ ਕਿਹਾ ਹਜੇ ਤੱਕ ਲੋਕ ਉਹਨੂੰ ਹੀ ਸੁਣੀ ਜਾਂਦੇ ਨੇ ਤਾਂ ਵਧੀਆ, ਸੁਣ ਲੈਣ ਦੋ ਫਿਲਹਾਲ, ਹੈ ਨਾ। ਫਿਰ ਉਹਦਾ ਆਪਾਂ ਰੀਮਿਕਸ ਵੀ ਕੀਤਾ ਸੀ, ਜਿੱਦਾਂ ਉਹਦਾ ਫਾਸਟ ਵਰਜ਼ਨ ਵੀ ਕੀਤਾ ਸੀ, ਇੱਕ ਢੋਲ ਵਰਜ਼ਨ ਕੀਤਾ ਸੀ, ਫਿਰ ਉਹਦੇ ਉਹਨੂੰ ਵੀ ਸਾਰਿਆਂ ਨੇ ਪਸੰਦ ਕੀਤਾ। ਫਿਰ ਇਹ ਹੁੰਦਾ ਕਿ ਜ਼ਰੂਰੀ ਨਹੀਂ ਕਿ ਤੁਸੀਂ ਗਾਣੇ ਕਰੀ ਜਾਓ, ਜਦੋਂ ਤੁਹਾਡਾ ਇੱਕ ਗਾਣਾ ਹਜੇ ਚੱਲ ਰਿਹਾ, ਜਦੋਂ ਉਹਨੂੰ ਸੁਣ ਰਹੇ ਨੇ ਸਾਰੇ, ਤਾਂ ਫਿਰ ਉਹਨੂੰ ਚੰਗੀ ਤਰ੍ਹਾਂ ਸੁਣ ਹੀ ਲੈਣਾ ਨਾ। ਫਿਰ ਜੇ ਆਪਾਂ ਜ਼ਿਆਦਾ ਵੀ ਕਰ ਲਈਏ ਪਤਾ ਨਹੀਂ ਲੱਗਦਾ ਗਾਣਾ ਕਦੋਂ ਆਇਆ ਕਦੋਂ ਗਿਆ, ਹੈ ਨਾ। ਤਾਂ ਫਿਰ ਚਲੋ ਹੁਣ ਸਾਰਿਆਂ ਨੂੰ ਚੰਗੀ ਤਰ੍ਹਾਂ ਸੁਣ ਲਿਆ। ਬਿਲਕੁਲ ਬਿਲਕੁਲ, ਔਰ ਐਂਗੇਜਡ ਜੱਟੀ ਦੀ ਖੁਮਾਰੀ, ਹਜੇ ਇਹ ਗਾਣਿਆਂ ਦੀ ਖੁਮਾਰੀ, ਤੁਹਾਡੇ ਇਸ ਗਾਣੇ ਦੀ ਵੀ ਖੁਮਾਰੀ ਹਜੇ ਰਹਿਣੀ ਹੈ ਅਗਲੇ ਮਹੀਨੇ ਤੱਕ। ਔਰ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ ਕੌਰਬੀ ਸਾਡੇ ਵੱਲੋਂ, ਬਹੁਤ ਬਹੁਤ, ਕਿਉਂਕਿ ਤੁਹਾਡੀ ਜ਼ੁਬਾਨ 'ਤੇ, ਤੁਹਾਡੇ ਲਫ਼ਜ਼ਾਂ 'ਤੇ, ਤੁਹਾਡੇ ਜੋਸ਼ ਦੇ ਵਿੱਚ, ਤੁਹਾਡੇ ਜ਼ਿਹਨ ਦੇ ਵਿੱਚ, ਔਰ ਤੁਹਾਡੀ ਚੂਜ਼ ਕਰਨ ਦੀ ਸ਼ਕਤੀ ਦੇ ਵਿੱਚ ਕਿ ਮੈਂ ਇਹ ਗਾਣਾ ਚੂਜ਼ ਕਰਨਾ, ਹਮੇਸ਼ਾ ਬਰਕਤ ਰਹੇ। ਬਹੁਤ ਬਹੁਤ ਸ਼ੁਭਕਾਮਨਾ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ, ਅਤੇ ਸਾਰੀ ਟੀਮ ਜਿਨ੍ਹਾਂ ਨੇ ਇਹ ਗਾਣਾ ਕੀਤਾ ਆ, ਹੈ ਨਾ, ਦੇਸੀ ਕਰੂ ਉਹਨਾਂ ਨੇ ਮੇਰੇ ਲਈ ਇਹ ਗਾਣਾ ਲੱਭਿਆ, ਤਾਂ ਕਪਤਾਨ ਜਿਨ੍ਹਾਂ ਨੇ ਲਿਖਿਆ ਆ, ਅਤੇ ਮੇਰੇ ਨਾਲ ਗਾਣੇ ਦੇ ਵਿੱਚ ਨੇ ਗਗਨ ਮਾਨ, ਹੈ ਨਾ, ਮੇਰੇ ਬਹੁਤ ਅੱਛੇ ਫਰੈਂਡ ਨੇ, ਉਹਨਾਂ ਨੇ ਪਹਿਲਾਂ ਵੀ ਕਣੀਆਂ ਗਾਣਾ ਕੀਤਾ ਸੀਗਾ, ਅਤੇ ਹੋਰ ਨਵਰਾਜ ਰਾਜਾ ਜੀ ਜਿਨ੍ਹਾਂ ਨੇ ਪਰਾਂਦੇ ਦਾ ਵੀਡੀਓ ਕੀਤਾ ਸੀ, ਉਹਨਾਂ ਨੇ ਵੀਡੀਓ ਕੀਤਾ, ਅਤੇ ਟੀ ਸੀਰੀਜ਼ ਤੋਂ ਪਹਿਲੀ ਵਾਰੀ ਮੇਰਾ ਗਾਣਾ ਆ ਰਿਹਾ। ਸੋ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ, ਮੇਰੀ ਸਾਰੀ ਟੀਮ ਨੇ, ਹੈ ਨਾ, ਕਿਉਂਕਿ ਸਾਰਿਆਂ ਦੀ ਮਿਹਨਤ ਲੱਗਦੀ ਹੈ ਨਾ, ਇਹ ਨਹੀਂ ਆ ਕਿ ਮੈਂ ਇਕੱਲੀ ਕਰ ਰਹੀ ਹਾਂ, ਹੈ ਨਾ, ਇਸ ਕੰਮ ਦੇ ਲਈ ਮੈਨੂੰ ਲੱਗਦਾ ਜੇ ਸਾਰੇ ਜਾਣੇ ਮੇਰੇ ਨਾਲ ਨੇ ਤਾਂ ਕੋਈ ਚੀਜ਼ ਪਰਫੈਕਟ ਹੈ, ਨਹੀਂ ਤਾਂ ਨਹੀਂ। ਸੋ ਸਾਰਿਆਂ ਨੇ ਮਿਹਨਤ ਕੀਤੀ ਹੈ, ਬਾਬਾ ਕਰੇ ਕਿ ਸਾਰਿਆਂ ਨੂੰ ਪਸੰਦ ਆਵੇ। ਇੱਕ ਐਗਜ਼ਾਮ ਰਹਿ ਗਿਆ ਤੁਹਾਡਾ, ਉਹ ਕੀ? ਇੱਕ ਐਗਜ਼ਾਮ ਇਹ ਰਹਿ ਗਿਆ, ਮੈਂ ਨਾ ਤੁਹਾਨੂੰ ਇੱਕ ਫੋਟੋ ਦਿਖਾਊਂਗਾ, ਮੇਰੇ ਕੋਲ 5 ਫੋਟੋ ਹੈ, ਓਕੇ, ਤੁਸੀਂ ਫੋਟੋ ਦੇਖ ਕੇ ਪੜ੍ਹਦੇ ਨਹੀਂ ਲਿਆ ਕੁਛ, ਨਹੀਂ, ਤੁਸੀਂ ਫੋਟੋ ਦੇਖ ਕੇ ਦੱਸਣਾ ਕਿ ਤੁਹਾਡਾ ਕਿਹੜਾ ਗਾਣਾ ਹੈ। ਮੇਰਾ ਕਿਹੜਾ ਗਾਣਾ? ਹਾਂ, ਇਹ ਤੁਹਾਡੇ ਤੁਹਾਡੇ ਗਾਣਿਆਂ ਦੇ ਵਿੱਚੋਂ ਲਈ ਗਈ ਫੋਟੋ ਹੈ, ਬਸ ਤੁਸੀਂ ਫੋਟੋ ਦੇਖਦੇ ਸਾਰ ਦੱਸਣਾ ਇਹ ਮੇਰਾ ਇਹ ਵਾਲੇ ਗਾਣੇ ਦੀ ਫੋਟੋ ਹੈ, ਇਹ ਵਾਲੇ ਗਾਣੇ 'ਚ ਕੀ ਸੁਣਖੀ। ਵੈਰੀ ਨਾਈਸ, ਓਕੇ, 5 ਕੁਐਸਚਨ ਹੈ, ਦੇਖਦੇ 5 'ਚੋਂ ਕਿੰਨੇ ਮਾਰਕਸ ਆਉਂਦੇ। ਠੀਕ ਹੈ, ਇੱਕ ਇੱਕ ਸੀ ਹੋ ਗਿਆ, ਫੁਲਕਾਰੀ 2, ਅੱਛਾ, ਪਰਾਂਦਾ 3, ਆਪਣਾ ਕਨੀਆ 4, ਮੈਂ ਔਖਾ ਕੱਢਿਆ ਸੀ ਜਾਣ ਕੇ ਫੋਟੋ, ਨਹੀਂ ਤੇਰੀ ਵੇਟ। ਤੁਹਾਨੂੰ ਸਾਰੇ ਸੂਟ ਯਾਦ ਹੈ? ਗਾਣੇ ਨਹੀਂ, ਆਪਣੇ ਗਾਣੇ ਤੋਂ ਯਾਦ ਹੋਣੇ ਚਾਹੀਦੇ, ਇਹਨਾਂ ਚੀਜ਼ਾਂ 'ਤੇ ਮੈਂ ਮਿਹਨਤ ਕਰਦੀ ਹਾਂ। ਸੋ ਥੈਂਕ ਯੂ ਸੋ ਮੱਚ, ਆਹ ਵੀ ਬਹੁਤ ਵਧੀਆ ਗੇਮ ਸੀਗੀ, ਵਧੀਆ ਲੱਗਿਆ। ਆਪਣੀ ਫਿਰ ਮੁਲਾਕਾਤ ਹੋਏਗੀ, ਗੱਲਾਂ ਆਪਣੀਆਂ ਇੱਥੋਂ ਹੀ ਸ਼ੁਰੂ ਕਰਾਂਗੇ, ਪੌਜ਼ ਕਰਨ ਲੱਗੇ ਇੱਥੇ ਹੀ ਸ਼ੁਰੂ ਕਰਾਂਗੇ। ਓਕੇ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਔਰ ਬਿਹਤਰੀਨ ਗਾਣਿਆਂ ਦੇ ਨਾਲ ਬਣੇ ਰਹੋ ਮਾਇਆ ਐਫਐਮ ਦੇ ਨਾਲ, ਜੀਓ ਦਿਲ ਸੇ। ਮੈਂ ਤਾਂ ਸੋਚ ਰਿਹਾ ਸੀ ਆਪਾਂ 15-20 ਮਿੰਟ 'ਚ ਆਉਂਦੇ, 40 ਮਿੰਟ ਹੋ ਗਏ ਆਪਾਂ, ਪਿਛਲੀ ਵਾਰ ਵੀ ਐਵੇਂ ਹੀ ਹੋਇਆ ਸੀ। ਅਰੇ ਵੈਰੀ ਨਾਈਸ।